ਮਿੱਤਰਾਂ ਪਿਆਰਿਆਂ ਨੂੰ ਚੰਨ ਤੇ ਸਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਲਾਮ ਹੈਲੋ ਹਾਈ ਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸੋ ਸਭ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਤਰ੍ਹਾਂ ਲਾਈਵ ਸ਼ੋਅ ਲੈ ਕੇ ਅੱਜ ਹਾਜ਼ਰ ਹਾਂ ਔਰ ਨਾਲ ਦੀ ਨਾਲ ਬੜੀ ਖੁਸ਼ੀ ਦੀ ਗੱਲ ਹੈ ਚੰਗੀ ਗੱਲ ਇਹ ਹੈ ਕਿ ਥੋੜ੍ਹਾ ਬਹੁਤ ਫੇਰਾ ਤੋਰਾ ਵੀ ਕਰਨ ਦਾ ਮੌਕਾ ਮਿਲ ਜਾਂਦਾ ਪਿਛਲੇ ਦਿਨ ਹੀ ਫਰੈਜ਼ਨੋ ਗਏ ਸੀ ਤਾਂ ਉੱਥੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਆਏ ਅਤੇ ਨਾਲ ਦੀ ਨਾਲ ਫੀਡਬੈਕ ਮਿਲ ਜਾਂਦੀ ਹੈ ਅਤੇ ਨਾਲ ਦੀ ਨਾਲ ਸਾਰਾ ਕੁਛ ਗੱਲਬਾਤ ਵੀ ਹੋ ਜਾਂਦੀ ਹੈ ਅੱਜ ਵੀ ਮੈਂ ਬੇ ਏਰੀਆ ਸੀਗਾ ਫਰੀ ਮਾਊਂਟ ਹੇਵਰਡ ਵਗੈਰਾ ਉੱਥੇ ਕਾਫੀ ਦੋਸਤ ਮਿੱਤਰ ਜਿਹੜੇ ਆਪਣੇ ਹੈਗੇ ਨੇ ਉਹਨਾਂ ਨੂੰ ਮਿਲ ਮਿਲਾ ਕੇ ਆਏ ਹਾਂ ਕੰਮ ਕਾਰ ਦੇ ਸਿਲਸਿਲੇ ਦੇ ਵਿੱਚ ਐਡਾਂ ਵਗੈਰਾ ਜਿਨ੍ਹਾਂ ਦੇ ਫੋਨ ਆਏ ਸੀ ਵੀ ਐਡਾਂ ਉੱਡਾਂ ਉਹਨਾਂ ਨੇ ਸ਼ੁਰੂ ਕਰਨੀਆਂ ਅਤੇ ਉਹ ਗੱਲਬਾਤ ਕਰਨ ਵਾਸਤੇ ਬੇ ਏਰੀਆ 'ਚ ਗਿਆ ਸੀ ਚਲੋ ਅਤੇ ਫਿਰ ਹੁਣ ਆ ਕੇ ਲਾਈਵ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਰੂਬਰੂ ਪੇਸ਼ ਕਰ ਰਿਹਾ ਸੋ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਪੰਜਾਬੀ ਜਿੱਥੇ ਵੀ ਕਿਤੇ ਬੈਠੇ ਨੇ ਜਿੱਥੇ ਵੀ ਜਸ ਪੰਜਾਬੀ ਦੇ ਨਾਲ ਜੁੜੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਸ ਪੰਜਾਬੀ ਨੂੰ ਇੰਨਾ ਪਿਆਰ ਕਰਨ ਲਈ ਅਤੇ ਸਭ ਤੋਂ ਵੱਡੀ ਗੱਲ ਜਸ ਪੰਜਾਬੀ ਦੀ ਇੰਨੀ ਜ਼ਿਆਦਾ ਸਪੋਰਟ ਕਰਨ ਲਈ ਦੂਜੀ ਗੱਲ ਇਹ ਆ ਸਾਡੇ ਬਹੁਤ ਸਾਰੇ ਦੋਸਤ ਮਿੱਤਰ ਪੁੱਛਦੇ ਨੇ ਫੋਨ ਕਰਕੇ ਮੈਸੇਜ ਕਰਕੇ ਬਈ ਤੁਸੀਂ ਮਿਸ ਐਂਡ ਮਿਸਿਜ ਪੰਜਾਬਣ ਦਾ ਜਦੋਂ ਇਹ ਕਰਨਾ ਸੀ ਇੱਥੇ ਲੈਥਰੋਪ ਅਤੇ ਬੜਾ ਰੌਲਾ ਸੀ ਬਹੁਤ ਪੂਰੀ ਹਾਹਾਕਾਰ ਮੱਚੀ ਹੋਈ ਸੀ ਕਹਿ ਸਕਦੇ ਹਾਂ ਅਤੇ ਜਿੱਦਣ 24 ਜੁਲਾਈ ਨੂੰ ਇੱਥੇ ਰੱਖਿਆ ਸੀ ਪ੍ਰੋਗਰਾਮ ਆਡੀਸ਼ਨ ਕਹਿ ਲਓ ਚਾਹੇ ਮੀਟ ਐਂਡ ਗੀਟ ਕਹਿ ਲਓ ਅਤੇ ਉਦਣ ਦੀਆਂ ਵੀ ਵੀਡੀਓ ਦੇਖੀਆਂ ਦਰਸ਼ਕਾਂ ਨੇ ਫੋਟੋ ਦੇਖੀਆਂ ਅਤੇ ਬਹੁਤ ਵੱਡਾ ਹੁੰਗਾਰਾ ਮਿਲਿਆ ਅਤੇ ਸਾਡੇ ਦੋਸਤ ਮਿੱਤਰ ਦਰਸ਼ਕ ਪੁੱਛਦੇ ਨੇ ਵੀ ਭਾਈ ਉਦੋਂ ਬਾਅਦ ਕੋਈ ਗੱਲਬਾਤ ਹੀ ਨਹੀਂ ਹੋਈ ਕੀ ਪ੍ਰੋਗਰਾਮ ਅਗਲਾ ਬਿਲਕੁਲ ਜੀ ਅਗਲਾ ਪ੍ਰੋਗਰਾਮ ਹੈਗਾ ਬਿਲਕੁਲ ਚੱਲ ਰਿਹਾ ਸਾਰਾ ਬਿਲਕੁਲ ਤਿਆਰੀ ਪੂਰੀ ਚੱਲ ਰਹੀ ਹੈ ਔਰ ਨਾਲ ਦੀ ਨਾਲ ਅਗਲਾ ਪ੍ਰੋਗਰਾਮ ਜੇ ਗੱਲ ਕਰੀਏ ਇੱਕ ਤਾਂ ਜਿਹੜਾ ਪ੍ਰੋਗਰਾਮ ਅਸੀਂ ਉਹਦਾ ਰਿਕਾਰਡ ਕੀਤਾ ਸੀਗਾ ਇੱਥੇ ਸਾਰਾ ਜਿੰਨੀਆਂ ਵੀ ਕੁੜੀਆਂ ਲੇਡੀਜ਼ ਆਈਆਂ ਸੀ ਬੀਬੀਆਂ ਭੈਣਾਂ ਅਤੇ ਉਹ ਸਾਰੀਆਂ ਹੁਣ ਅਸੀਂ ਮਤਲਬ ਐਡੀਟਿੰਗ ਕਰ ਰਹੀ ਆ ਅਤੇ ਉਹ ਜਦੋਂ ਤੋਂ ਟੀ ਵੀ 'ਤੇ ਸ਼ੁਰੂ ਹੋਣਾ ਹੋਏਗਾ ਤਾਂ ਅਸੀਂ ਬਕਾਇਦਾ ਉਹਦੀ ਐਡ ਆਏਗੀ ਵੀ ਮਿਸ ਐਂਡ ਮਿਸਿਜ ਪੰਜਾਬਣ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਤੁਸੀਂ ਦੇਖੋ ਮੋਸਟਲੀ ਚਾਂਸ ਇਹ ਹੈ ਕਿ ਸ਼ਨੀਵਾਰ ਅਤੇ ਐਤਵਾਰ ਸ਼ਾਮ ਨੂੰ ਹੀ ਉਹ ਪ੍ਰੋਗਰਾਮ ਪਾਵਾਂਗੇ ਕਿਉਂਕਿ ਘਰ ਹੁੰਦੇ ਸਾਰੇ ਹਰ ਬੰਦਾ ਦੇਖ ਸਕਦਾ ਰਹੀ ਗੱਲ ਅਗਲੀ ਇਹ ਹੈ ਕਿ 13 ਤਰੀਕ ਨੂੰ 13 ਅਗਸਤ ਨੂੰ ਕਿਮੀ ਵਰਮਾ ਉਹਨਾਂ ਨੇ ਰੱਖੇ ਨੇ ਔਰੰਜ ਕਾਉਂਟੀ ਦੇ ਵਿੱਚ ਰੱਖੇ ਹੋਏ ਆ ਆਡੀਸ਼ਨ ਜਿਹੜੇ ਅਤੇ 15 ਨੂੰ ਰਿਵਰ ਸਾਈਡ ਰੱਖੇ ਹੋਏ ਨੇ ਐਗਜੈਕਟ ਐਡਰੈਸ ਜਿਹੜਾ ਉਹਨਾਂ ਦਾ ਅੱਜ ਕੱਲ੍ਹ 'ਚ ਪ੍ਰੋਮੋ ਆ ਜਾਏਗਾ ਉਹ ਦੱਸਣਗੇ ਡਿਟੇਲ ਸਾਰੀ ਵੀ ਕਿੱਥੇ ਕਿੱਥੇ ਹੈਗਾ ਕਿਮੀ ਵਰਮਾ ਜੀ ਅਤੇ ਇਹ ਮਤਲਬ ਇਹ ਕਹਿਣ ਦਾ ਕਿ ਤਿਆਰੀ ਫੁੱਲ ਚੱਲ ਰਹੀ ਹੈ ਜੀ 16 ਅਕਤੂਬਰ ਦੀ ਇਹ ਈਵੈਂਟ ਐਲ ਏ ਦੇ ਵਿੱਚ ਹੀ ਹੈਗੀ ਆ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਉਹਦਾ ਕਾਰਨ ਜਾਂ ਤਾਂ ਇਹ ਕਹਿ ਲਓ ਕਿ ਕੋਵਿਡ ਤੋਂ ਬਾਅਦ ਲੋਕ ਬਾਹਰ ਨਿਕਲਣੇ ਸ਼ੁਰੂ ਹੋਏ ਨੇ ਅਤੇ ਜਾਂ ਉਹਦਾ ਕਾਰਨ ਇਹ ਕਹਿ ਲਓ ਕਿ ਸਾਡੇ ਪੰਜਾਬੀਆਂ ਦੇ ਵਿੱਚ ਇਹ ਖੂਨ ਦੇ ਵਿੱਚ ਹੀ ਆ ਕਿ ਜਦੋਂ ਕੋਈ ਇੱਦਾਂ ਦੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਕੋਈ ਈਵੈਂਟ ਹੁੰਦੀ ਆ ਚਾਹੇ ਉਹ ਟੂਰਨਾਮੈਂਟ ਆ ਚਾਹੇ ਸੱਭਿਆਚਾਰਕ ਮੇਲਾ ਚਾਹੇ ਕਿਸ ਤਰ੍ਹਾਂ ਅਸੀਂ ਸਾਰੇ ਵੱਧ ਚੜ੍ਹ ਕੇ ਉਹ 'ਚ ਹਿੱਸਾ ਪਾਉਂਦੇ ਹਾਂ ਅਤੇ ਮਿਸ ਐਂਡ ਮਿਸਿਜ ਪੰਜਾਬਣ 2021 ਜਿਹੜਾ 16 ਅਕਤੂਬਰ 2021 ਨੂੰ ਹੋਣ ਜਾ ਰਿਹਾ ਉਹਦੇ ਵਾਸਤੇ ਵੀ ਬਹੁਤ ਸਾਰਾ ਉਤਸ਼ਾਹ ਬਹੁਤ ਸਾਰਾ ਸਹਿਯੋਗ ਸਾਰੇ ਪੰਜਾਬੀਆਂ ਵੱਲੋਂ ਸਾਨੂੰ ਮਿਲ ਰਿਹਾ ਖਬਰਾਂ ਦੀ ਗੱਲ ਕਰੀ ਦੀ ਅੱਜ ਥੋੜ੍ਹੀ ਬਹੁਤ ਅਤੇ ਖਬਰਾਂ ਦੇ ਵਿੱਚ ਪਹਿਲਾਂ ਮੈਂ ਕੱਲ੍ਹ ਵਾਲੀਆਂ ਗੱਲਾਂ ਜਿਹੜੀਆਂ ਕੱਲ੍ਹ ਵੀ ਕਾਫੀ ਮੈਸੇਜ ਆਏ ਅਸੀਂ ਹਾਕੀ ਦੀ ਗੱਲ ਨਾਲ ਨਾਲ ਕਰ ਰਹੇ ਸੀ ਅਤੇ ਹਾਕੀ ਚਲੋ ਸੈਮੀਫਾਈਨਲ ਦੇ ਵਿੱਚ ਭਾਰਤ ਹਾਰ ਗਿਆ ਕੋਈ ਵੱਡੀ ਗੱਲ ਨਹੀਂ ਪਰ 41 ਸਾਲ ਬਾਅਦ ਜਿਹੜਾ ਮਾਰਕਾ ਇਹ ਮਾਰਿਆ ਵੀ ਸੈਮੀਫਾਈਨਲ 'ਚ ਪਹੁੰਚ ਗਿਆ ਉਹ ਵੀ ਕਾਫੀ ਵੱਡੀ ਗੱਲ ਆ ਕਾਫੀ ਮਾਣਾ ਰੱਖਦੀ ਚੀਜ਼ ਕੁੜੀਆਂ ਦੀ ਗੱਲ ਕਰੀਏ ਤਾਂ ਪਹਿਲਾਂ ਚਲੋ ਪਹਿਲਾਂ ਜਿਹੜੀ ਮੈਨਜ਼ ਦੀ ਹਾਕੀ ਸੀਗੀ ਕੱਲ੍ਹ ਉਹਦੀ ਗੱਲ ਕਰ ਲਈਏ ਕੱਲ੍ਹ ਜਾਂ ਤਾਂ ਇਉਂ ਕਹਿ ਲਈਏ ਵੀ ਦਿਨ ਮਾੜਾ ਸੀ ਪਲੇਅਰ ਮਾੜਾ ਨਹੀਂ ਖੇਡੇ 15 ਪੈਨਲਟੀ ਕੋਰਨਰ ਜਿਹੜੇ ਹੈਗੇ ਨੇ ਉਹ ਬੈਲਜੀਅਮ ਨੂੰ ਮਿਲੇ ਸੀ 15 ਪੈਨਲਟੀ ਕੋਰਨਰ ਹੁਣ ਭਾਈ ਜਦੋਂ ਅਗਰ ਵਾਰ ਵਾਰ ਮੌਕਾ ਮਿਲ ਰਿਹਾ ਉਹਨਾਂ ਨੂੰ ਕੁਛ ਤਾਂ ਕਰਨਾ ਹੀ ਆ ਵੀ ਜਿਨ੍ਹਾਂ 'ਚੋਂ ਉਹਨੇ 5 ਗੋਲ ਕਰ ਦਿੱਤੇ ਚਲੋ ਫਿਰ ਵੀ ਅਸੀਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਸਾਰਿਆਂ ਨੂੰ ਕਮਲਪ੍ਰੀਤ ਵੀ ਨਹੀਂ ਲੈ ਸਕੀ ਗੋਲਡ ਮੈਡਲ ਉਹ ਕਹਿੰਦੇ ਵੀ ਮੀਂਹ ਪੈਣ ਕਰਕੇ ਉਹ ਪ੍ਰੋਪਰ ਉਹਦੇ ਕੋਲ ਘੁੰਮ ਕੇ ਪ੍ਰੋਪਰ ਜਿਹੜਾ ਹੈਗਾ ਉਹ ਨਹੀਂ ਸੈੱਟ ਹੋਈ ਜਿਹੜੀ ਸ਼ਾਰਟਪੁੱਟ ਸੀਗੀ ਇਸ ਕਰਕੇ ਉਹਦਾ ਵੀ ਮੈਡਲ ਰਹਿ ਗਿਆ ਅਤੇ ਹੁਣ ਆਪਣੇ ਕੋਲ ਕੁੱਲ ਮਿਲਾ ਕੇ ਇੱਕ ਕੁੜੀਆਂ ਦਾ ਹਾਕੀ ਦਾ ਮੈਚ ਹੈਗਾ ਸੈਮੀਫਾਈਨਲ ਹੁਣ ਤੜਕੇ ਜਿਹਨੂੰ ਹੋਣਾ ਉਹ 3 ਵਜੇ ਸ਼ੁਰੂ ਹੋਣਾ ਮੇਰੇ ਖਿਆਲ ਪੈਸੀਫਿਕ ਟਾਈਮ ਅਤੇ ਉਹਦੀ ਅਸੀਂ ਦੁਆ ਕਰੀਏ ਪਰਮਾਤਮਾ ਅੱਗੇ ਵੀ ਉਹ ਸੈਮੀਫਾਈਨਲ ਜਿੱਤ ਜਾਣ ਅਤੇ ਫਾਈਨਲ ਦੇ ਵਿੱਚ ਪਹੁੰਚ ਜਾਣ ਪਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਹੁਣ ਉਹਨਾਂ ਦਾ ਮੈਚ ਸੀਗਾ ਪਿਛਲਾ ਅਤੇ ਹੁਣ ਅਰਜਨਟੀਨਾ ਨਾਲ ਹੈਗਾ ਸੈਮੀਫਾਈਨਲ ਅਤੇ ਉਸ ਤੋਂ ਪਿਛਲਾ ਜਿਹੜਾ ਮੈਚ ਸੀਗਾ ਗ੍ਰੇਟ ਬ੍ਰਿਟੇਨ ਦੇ ਨਾਲ ਉਹਦੇ ਵਿੱਚ ਜਿਹੜੀ ਗੋਲਕੀਪਰ ਹੈਗੀ ਆ ਸਵੇਤਾ ਕਿਹਾ ਇਹ ਜਾਂਦਾ ਵੀ
14 ने गोल बचाए ने, 14 गोल, 14 वार जिहड़ा गोलों के बॉल आई है तो 14 वार ही उन्हें बचाई है। तो उस बाद गुरजीत कौर जी साबण सी इको एक गोल जो भारत वालों किया तो वह उन्हें किया जो हूँ लास्ट मैच होया हॉकी का। सो शुभकामनावां सब नूं, उम्मीद करते हैं भी वधिया आने वाले समय के खेड होगा। बाकी राजनीति की गल करिए सुखबीर बादल साहब ने 13 प्रोग्राम दसे ने भी आह आह असीं करांगे साडी सरकार आउण ते। ये तो भाई पहला भी क्या होगा, पहला भी इन्ने साल सरकार रही है तो जरूर क्या होगा, इन्हां चों अद्धे पजद्धे काम तो उही होणगे जिहड़े पहला कहे होणगे तो नहीं किते। तो हुण ये तो हुण सुखबीर बादल साहब भी नहीं कह सकते जी, उदों तो वड्डे बादल साहब सी वो उन्होंने नहीं किए, कोई नहीं जिहड़े रह गए मैं कर दूँ इदां वो कह नहीं सकते, क्योंकि वड्डे बादल साहब तो उन्हां दा अपना एक रुतबा हैगा। चलो काम हुंदे नहीं हुंदे का अजे आने वाले समय के हुण आपां तां यही देखदे हां, सीधी सीधी गल तां यही है कि वोटां वटोरन वास्ते की करना, उही राजनीति चल रही है, उही तोड़ भन चल रही है। तो हुण सुणन दे विच कहिंदे हुंदे ना अखबारां वाले लिखदे हुंदे भरोसेयोग सूत्रां तों पता लग्गिया, गल कितों वी पता लगी होवे तो भरोसेयोग सूत्रां तों पता यह लग्गिया। तो कांग्रेस भी हुण कहिंदे कोई हिंदू उप मुख्यमंत्री जिहड़े 5-6 महीने बचे आ, 5-4 महीने, तो उहदे च हिंदू उप मुख्यमंत्री बना सकदे आ कांग्रेस भी। बाकी अकाली दल ने भी डिकलेयर कर दिता कि हिंदू दलित ये सारा कुछ चल रहा हिंदू दलित वाला, तो वह मैं जिवें पहला गल की सी भाई कोई बंदा बनाओ मुख्यमंत्री उप मुख्यमंत्री जिहड़ा पंजाब बारे सोचे, तो तुसीं जाता पता तो आप वंडी जाने। तुसीं मैनू डॉक्टर प्यारा सिंह की गल बड़ी याद आउंदी हुंदी जदों हिंदू की गल करदे जां मुख्यमंत्री गल करदे दलित की गल करदे आ, तो वह कहिंदे भी मैं जिक्र मैं बहुत वारी कीता गल दा, मैं बार बार करना चाहवांगा इहो जी गल दा जिक्र, क्योंकि जिहड़ी सानूं सेध दिंदी है। इत्थे असीं हिंदू दे दलितां दे सिखां दे चक्करां 'च पए हाँ, फिर जे कितें लगेगा कितें मुसलमान भाईचारा हावी है तो उत्थे जरूर यह भी कोई ना कोई पार्टी कह देगी जी असीं मुसलमान जिहड़े भाईचारे 'चों उन्हां नूं भी नुमाइंदगी देवांगे। गल वोटां दी है, वो गल दसदे हुंदे वी कहिंदे असीं मास्को गए, मास्को दे विच इक म्यूजियम दे विच गए तो उत्थे गुरु गोबिंद सिंह जी की बहुत वड्डी तस्वीर लगभग 15-20 फुट दीवार के उपर वड्डी लगी हुई, तो असीं बड़े हैरान होए। कहिंदे वी असीं उन्होंने पुछया भी ये तुहानूं दान जाणदे तुसीं इन्हां नूं मास्को दे विच, वो कहिंदे जी जाणदे साडे गुरु ने, वो कहिंदे वी तुहाडे गुरु ये किवें होए, वो कहिंदे जी दुनिया के इको एक ही तो गुरु होए ने पूरी दुनिया के जिन्हां ने जात पात खत्म की, तो साडा मुल्क अजे तक उन्होंने फॉलो कर रहा। और तुहानूं पता होगा कि मास्को दे विच रूस दे विच कोई जात पात नूं किसी ने कुछ नहीं मानता, और ये गल मैनूं याद आउंदी जदों ये करदे ने, जदों कोई भी हिंदू की गल करदा सिख की करदा कोई दलित की करदा काहे की करदा, तो ये फिर गल्लां याद आउंदियां भी भाई ये जो साडे बाबे नानक ने कोशिशां कीतियां मिटाउण दियां ते ये उन्हां दे सिर ते रोटियां खांदे रहे रोटियां सेकदे ने। रामू वालिया साहब की बेटी कहिंदे हो गई है जी उच्च भर्ती कह लो बीजेपी च, तो वो बड़े दुखी सीगे, प्रेस कॉन्फ्रेंस कर रहे सी, उन्हां दी वाइफ भी कर रही सी, तो काफ़ी रो रहे सीगे भी साडी जिहड़ी है साडे नाल बहुत वड्डा धोखा कीता। और रण दा कारण जदों सोचिए जां पुछिए किसी नूं तां कोई समझ नहीं आउंदी भी की इहो जिहा देखिया बीजेपी च। सीधी सीधी गल ये हैगी आ जिवें इत्थे ट्रंप साहब सीगे, तो ट्रंप साहब सीगे बिजनेसमैन, उन्होंने मुल्क की इकोनमी नहीं डाउन होने दित्ती। इवें ही जिहड़े हैगा इहदा रामू वालिया की बेटी का हसबैंड अमनजोत का, वह भी बिजनेस बिजनेस करता चंगे, उन्होंने लग्या भी भाई मैनू बीजेपी वाले पास्यों जिहड़े गफ्फे चंगे आ सकते हैं काम के, तो चलो इधर ज्वाइन करना, होर कि मुल्क का सोचता तो किड़े पंजाब का सोच के फैसले लेंदे ने, सारे आपो अपना सोच के फैसले लेंदे ने। चलो असी फटाफट ब्रेक पर जाने तो पहले दो तीन खबरें जिहड़ियां इंट्रस्टिंग जी होंदियां वह सांझियां करनियां, एक होर बड़ी इंट्रस्टिंग इंसानियत के नाते जिहड़ी खबर हैगी आ वह भी सांझी कर लैंदे फटाफट। अज्ज खबरां यही चल रही ने, हॉकी दे विच कहिंदे इक उत्थे कतर दा खिडारी सीगा मुताज इस्पा बरसिन, तो एक इटली दा सी ज्ञान मार्को तंबेरी, वो दोनों हाई जंप लाते तो बराबर रहे, तो उन्होंने 3-3 मौके होर दिते फिर बराबर रहे, तो फिर वो कहें भी तुसी भाई अपना ये करो कि दो चांस जोड़े होर लो, तो जदनू कहें भी इटली का खिडारी जोड़ा सी वह जख्मी हो गया, वह पैर बहुत बुरी तरह, उन्हें नाम अपना वापस ला लिया, मैं नहीं वापस लैना, यदा मतलब यह कि दूजा प्लेयर जित गया, पर वो प्लेयर इंसानियत के नाते कहें उन्हें किया, पूछया अंपायर उ पूछया भी जे मैं भी नाम वापस लेना तो फिर की होएगा, फिर वो कहें जी असं दोहां गोल्ड मैडल देवे, अदरवाइज़ वो कला जंप एक मार के तो गोल्ड मैडल जित सकता सी, पर उन्हें गोल्ड मैडल नाल दे खिडारी नूं भी दवाया, बड़ी चंगी गल। लो जी एक फोटो तो तुसीं देखो रखड़ियां की गल कर रहे, रखड़ियां आ गई फटाफट, तो रखड़ियां दे विच भी वख वख तरह दी रखड़ियां सानूं देखण नूं जिवें मिलदियां ने, जिथे जिथे असीं गल करदे आ रखड़ियां दी, तो उत्थे बहुत महंगियां महंगियां रखड़ियां अजकल आईयां ने,
चांदी दियाँ आ गई, सोने दियाँ आ गई, एक डेढ़ ग्राम की चांदी, एक डेढ़ ग्राम का सोना नहीं सोना, तो वो कहते भी चांदी वाली रखड़ी की कीमत जी है 150 तो लैके 600 रुपए तक है, तो सोने जी तो है रखड़ी वो 6,000 तो लैके 10,000 तक कीमत हैगी। हूँ देखो भी ये हूँ यही रह गई गल भी कि भैन का ज्यादा प्यार आ, यही कहना भी तू तो भाई मेरे लिए 5 रुपए वाली रखड़ी लिया, तो फलानी भैन ने कहना मेरे लिए तो मेरा भरा लैके आया चांदी की रखड़ी, तो उदू उत्तों की जो कोई गल करूगा तो उन्हें कहना मेरा भरा तो सोने की रखड़ी लैके आया, तो मतलब न भैन सॉरी भरा वास्ते भैन सोने की रखड़ी लैके आई है, भरा ने कहना तो उन्हें कहना भी भैन का प्यार यदा वाद वध लगता भी सोने की रखड़ी लैके आई है। चलो एक असी रखड़ी की गल की, रखड़ी के एक काम बहुत वधिया काम छत्तीसगढ़ के एक महिला औरतों ने उन्होंने एक ग्रुप बनाया कि जिहड़ा ग्रुप का ना ही यह हैगा कि सैल्फ हैल्प ग्रुप, अपनी मदद आप करो ग्रुप। उन्होंने की किया सब्जियां दे फलां दे बीज लैके कणक लैके झोना लैके उन्होंने रखड़ियां तैयार कीतियां ने आप, तो तुसी देख सकते हो स्क्रीन पर रखड़ियां तैयार कीतियां ने, तो रखड़िए दे विच बीज ला के तो बहुत सोहनिया बनाईया ने, और कमाल की गल ये वो लखां रुपया इत्थों कमा रही ने, क्या यह जाता है कि उन्होंने काम बड़ा वधिया चलिया। सो यहोजा असं कहते भी चाहिए तो कुछ भी कर सकते हैं, त्यौहारों के ही घट्टो घट कर रही है, इतने बहुत सारे साडे दोस्त मित्र है उन्हां दियां वाइफ जिहड़ी हैगी काम भी कर दियां ने, घरे मोमबत्तियां बना बना वो लोकल बेची जाते हैं बर्थडे वाले, तो वो बड़ा वधिया काम उन्हां दे विच रहा, सो कुछ भी कर सकते हैं। लो जी एक फोटो अगली जिहड़ी है वो ओलंपिक नाल संबंधित ही है, पर काफ़ी चेहरे तो समाइल फोटो लिया सकती हो तुहाडे भी। एक ग्रेट ब्रिटेन का प्लेयर है टॉम डेले, उन्हें डाइविंग जी है वो 100 मीटर हिस्सा लिया, तो उदू बाद जित गया, जितने बाद वेले समय वो की करता, फोटो दे देख सकते हो वेले समय के स्वैटर बोल रहा जी अपना सिलाइया लैके, प्लेयर नंबर 1 सैलीब्रिटी बहुत महंगा प्लेयर है स्वैटर बुन रहा, मैंने लगता भी ये जरूर पिछले जन्म च पंजाब के किसी स्कूल भैन जी रहा होना, क्योंकि स्वैटर की आदत उन्होंने होंगी है भैन जी बुन दी स्कूलों के होंगी सी, अजकल तो कितने अजकल तो फोनों तो वेल नहीं मिलती स्वैटर का बुन का, वैसे ही रिवाज घट गया, पर कमाल की गल यह है भी इस प्लेयर की अगर असं गल करिए दस देनी बनती है, क्या यह जाता है भी इस टोपी लैन का बहुत शौक है उन की, तो उन की टोपी इन्हें कदम मुल नहीं ली कितों आप बुनदा अपनी टोपी, ये प्लेयर एडा वड्डा प्लेयर जिहड़ा टॉम डेले की असी गल करते हैं जी। ये चलो कुछ आप खबर साझियां कीतियां, उम्मीद करते हैं वधिया लगियां होनियां खबर, खास तौर पर स्वैटर वाली तो मैंने बड़ी वधिया लगी भी भाई दसो एडा वड्डा प्लेयर तो जितने तो बाद मुड़ के स्वैटर बुनी, स्वैटर बुनता या टोपी बुनता हो सकता अपनी जरूरी नहीं, स्वैटर हूँ लिखने वाले स्वैटर लिखता जी स्वैटर बुनता उन्होंने बेचारे भावें स्वैटर का पता भी ना हो स्वैटर की होंगे, हो सकता अपनी कैप जी सर्दियाँ आ रही तो वो वास्ते कैप बुनता हो। ब्रेक लेने जी, ब्रेक तो बाद फिर आप विषय वाल चलेंगे, विषय अज का जोड़ा है वो साढ़े थोड़े तो ही है, खास तौर पर असं अमेरिका की गल कर लिए, इंडिया नाल तो बड़ा रिलेटड है नहीं, अमेरिका दे विच कनेडा की गल कर लिए उन्हां रिलेटड हो सकता है, पर तुहाडे नाल साडे नाल सारयां नाल रिलेटड हैगा एक थोड़ा जा वक्री तरह का विषय तो जो कि साढ़े अजकल वापर रहा। एक ब्रेक लेने, ब्रेक तो बाद फिर आके विषय लैके नाल नाल तुहाडियां कॉलां लवांगे, देखते रहो जस पंजाबी। ब्रेक तो बाद हाजिर है जी, एक बार फिर तो नाल नाल विषय वाल चलीए, तो विषय के नाल नाल आपां कॉलां सिलसिला शुरू करिए क्योंकि कॉलां कई वारी रह जांदियां बहुत सारियां। तो जी विषय अपने अपने सारे नाल संबंधित है, विषय जी कामकार, कामकार की असी गल करिए बंदे कामकार तो बिना बंदा कख दा नहीं हैगा, भारत नाल कंपेयर करिए तो उत्थे एक बंदा कमाउंदा तो सारा टब्बर खांदा, इत्थे ना कंपेयर करिए तो इत्थे एक बंदा तीन तीन काम करता है, सारे परिवार काम करते हैं सारा कुछ, बहुत अमीर लोग जिहड़े ने जिन्हां कोल पैसे की कोई कमी नहीं हैगी वो भी बहुत वो भी काम करते हैं अपना, कोई भी कारण समझ लो खर्चे वधे समझ लो या समझ लो भी घर बहना औखा, या ये समझ लीए भी एक काम करना चंगी गल हैगी साडी सेहत वास्ते भी असीं लंबी लंबा समा काम करिए, इस काम नूं लभण वास्ते कईआं दा तां लग जांदा सूत, तो कई बेचारे काम लभदे रहिंदे आ। भारत की गल करिए तो जमा ही काम का सिस्टम उल्ट है, हुण साडे ब्रदर सीगा दुबई तो गया तो उत्थे काम कुम बंद हो गया, हुण इंडिया गया तो इंडिया कोई काम मिलता ही नहीं, की करे। इधरले मुल्कां की गल करिए तो इधरले मुल्कां हर उम्र के हर वध घट पढ़े लिखे लई
ਛੋਟੇ ਲਈ ਵੱਡੇ ਲਈ ਸਾਰਿਆਂ ਵਾਸਤੇ ਕੰਮ ਹੈਗਾ। ਈਵਨ ਬੱਚੇ ਵੀ ਕੰਮ ਕਰਨਾ ਚਾਹੁੰਦੇ ਤਾਂ ਬੱਚੇ ਕੰਮ ਕਰ ਸਕਦੇ ਆ, ਜਿਹੜਾ ਭਾਰਤ ਦੇ ਵਿੱਚ ਹੈ ਨਹੀਂ। ਬਾਹਰਲੇ ਮੁਲਕਾਂ 'ਚ ਵੀ ਅਸੀਂ ਕੰਮ ਕਰਨ ਆਉਂਦੇ ਹਾਂ, ਬਾਹਰਲੇ ਮੁਲਕਾਂ 'ਚ ਕੰਮ ਕਰਦੇ ਦਿਨ ਰਾਤ ਕੰਮ ਕਰਕੇ ਅਤੇ ਫਿਰ ਸਾਰਾ ਕੁਛ ਕਰਦੇ ਹਾਂ, ਫਿਰ ਪੈਸੇ ਪਿੱਛੇ ਵੀ ਭੇਜਦੇ, ਇੱਥੇ ਭੇਜਦੇ ਹਾਂ। ਬਾਹਲੇ ਲੋਕ ਜਿਹੜੇ ਵਿਚਾਰੇ ਕਾਗਜ਼ਾਂ ਪੱਤਰਾਂ ਤੋਂ ਬਿਨਾਂ ਆਉਂਦੇ ਨੇ, ਉਹ ਇਹੋ ਜਿਹੀ ਹਨੇਰੀ ਲਿਆਉਂਦੇ ਆ ਕੰਮ ਕਰਨ ਵਾਲੀ, ਅਤੇ ਉਹ 2-4 ਸਾਲ ਦੇ ਵਿੱਚ ਹੀ ਪਿੱਛੋਂ ਜਿਹੜਾ ਫੜਿਆ ਹੁੰਦਾ 25-30 ਲੱਖ ਉਹ ਵੀ ਲਾ ਦਿੰਦੇ ਆ, ਅਤੇ ਨਾਲ ਦੀ ਨਾਲ ਘਰਦਿਆਂ ਨੂੰ ਇਹ ਵੀ ਫੋਨ ਕਰ ਦਿੰਦੇ ਵੀ ਆਹ ਜਿਹੜੀ ਆਪਣਾ ਘਰ ਆ ਨਾ ਢਾਹ ਕੇ ਅਤੇ ਇਹਨੂੰ ਇੱਟਾਂ ਉੱਟਾਂ ਮੰਗਾ ਲਓ ਤਾਂ ਨਵੀਂ ਕੋਠੀ ਬਣਾਈਏ ਕੰਮ ਕਰਕੇ। ਅੱਜ ਉਸ ਕੰਮ ਦੀ ਗੱਲ ਮੈਂ ਹੁਣ ਤਾਂ ਛੇੜੀ ਆ ਕਿ ਮੈਂ ਜਦੋਂ ਹੁਣ ਕਾਫੀ ਫੇਰਾ ਤੋਰਾ ਸ਼ੁਰੂ ਹੋ ਗਿਆ, ਈਵਨ ਅਸੀਂ ਪਹਿਲਾਂ ਇੰਡੀਅਨਐਪਲਿਸ ਮਿਡਵੈਸਟ ਗਏ ਸੀ 15 ਦਿਨ ਵਾਸਤੇ, ਅਤੇ ਫਿਰ ਰੀਨੋ ਵਗੈਰਾ ਗਏ ਹਾਂ, ਫਰੈਜ਼ਨੋ ਗਏ ਹਾਂ, ਅੱਜ ਬੇ ਏਰੀਆ ਸਾਰੇ ਗਏ ਹਾਂ। ਸਭ ਜਗ੍ਹਾ ਜਾਂਦੇ ਜਦੋਂ ਜਿਹੜੀ ਗੱਲ ਤੁਹਾਡੇ ਨਾਲ ਡਿਸਕਸ ਕਰਨ ਵਾਲੀ ਆ, ਇੱਕੋ ਹੀ ਰੱਟ ਸਭ ਦੀ ਵੀ ਭਾਈ ਕੰਮ ਬਹੁਤ ਜ਼ਿਆਦੇ, ਬੰਦੇ ਹੈ ਨਹੀਂ, ਕੰਮ ਬਹੁਤ ਜ਼ਿਆਦੇ ਬੰਦੇ ਹੈ ਨਹੀਂ। ਇੰਡੀਅਨਐਪਲਿਸ ਅਸੀਂ ਜਿਸ ਹੋਟਲ 'ਚ ਠਹਿਰੇ ਸੀਗੇ, ਸਾਡੇ ਮਿੱਤਰ ਹੀ ਆ ਜਿੰਮੀ ਬਰਾੜ, ਉਹਨਾਂ ਦੇ ਹੋਟਲ ਹੈਗਾ ਉੱਥੇ ਜਿੱਥੇ ਅਸੀਂ ਠਹਿਰੇ ਸੀਗੇ, ਅਤੇ ਉਹਨਾਂ ਦੀ ਵਾਈਫ ਕਹਿੰਦੀ ਵੀ ਜਾਂ ਤਾਂ ਤੁਸੀਂ ਭਾਈ ਹੋਟਲ ਛੱਡ ਦਿਓ ਜਾਂ ਮੈਨੂੰ ਛੱਡ ਦਿਓ। ਮੈਂ ਕਿਹਾ ਜੀ ਭਾਈ ਇਹ ਕੀ ਹਿਸਾਬ ਹੋਇਆ ਵੀ ਹੋਟਲ ਛੱਡ, ਲੋਕ ਤਾਂ ਕੰਮ ਲੱਭਦੇ ਫਿਰਦੇ ਆ। ਉਹ ਕਹਿੰਦੇ ਨਹੀਂ ਜੀ ਬਹੁਤ ਔਖੇ ਆ, ਬੰਦੇ ਨਹੀਂ ਮਿਲਦੇ, ਬੰਦੇ ਨਹੀਂ ਮਿਲਦੇ, ਸਾਰਾ ਕੰਮ ਆਪ ਕਰਨਾ ਪੈਂਦਾ, ਲੋਕਾਂ ਦੇ ਨਖਰੇ ਅਤੇ ਬੰਦੇ ਨਹੀਂ ਮਿਲਦੇ। ਇਹ ਚਲੋ ਉੱਥੇ ਗਏ, ਫਰਿਜਨੋਂ ਗਏ 2-4 ਜਗ੍ਹਾ, ਰੀਨੋਂ ਗਏ ਉੱਥੇ ਵੀ ਇਹੀ ਵੀ ਬੰਦੇ ਨਹੀਂ ਮਿਲਦੇ, ਇੱਧਰ ਗਏ ਉੱਥੇ ਵੀ ਇਹੀ ਬੰਦੇ ਨਹੀਂ ਮਿਲਦੇ, ਫਰਿਜਨੋਂ ਗਏ ਉੱਥੇ 2-4 ਜਗ੍ਹਾ ਉਹ ਵੀ ਬੰਦੇ ਨਹੀਂ ਮਿਲਦੇ। ਇੱਥੇ ਸਾਡੇ ਇੱਕ ਮੋਡੈਸਟੋ ਸੀਰੀਜ਼ ਹੈ, ਰੈਸਟੋਰੈਂਟ ਆ, ਉਹਨਾਂ ਨੇ ਬੰਦਿਆਂ ਦੁੱਖੋ ਰੈਸਟੋਰੈਂਟ ਹੀ ਵੇਚਤਾ। ਹੁਣ ਅਗਲੇ ਬੰਦੇ ਨੇ ਜਿਹਨੇ ਰੈਸਟੋਰੈਂਟ ਲਿਆ ਉਹਨੇ 8 ਕੁ ਦਿਨ ਚਲਾਇਆ, ਅਤੇ ਉਹਨੇ ਫਿਰ ਹੱਥ ਖੜ੍ਹੇ ਕਰਤੇ ਭਾਈ ਬੰਦੇ ਹੈ ਨਹੀਂ, ਮੇਰੇ ਕੋਲ ਕੰਮ ਨਹੀਂ ਚੱਲਦਾ। ਸਲਾਹ ਕਰਨ ਵਾਲੀ, ਗੱਲ ਕਰਨ ਵਾਲੀ ਇਹ ਹੈ ਵੀ ਬੰਦੇ ਹੈ ਕਿਉਂ ਨਹੀਂ ਹੈ, ਕੀ ਇਹ ਇਕੱਲੇ ਕੈਲੀਫੋਰਨੀਆ ਦੇ ਵਿੱਚ ਹੀ ਨਹੀਂ ਹੈ, ਜਾਂ ਪੂਰੇ ਅਮਰੀਕਾ ਦੇ ਵਿੱਚ ਹੀ ਨਹੀਂ ਹੈ, ਜਾਂ ਕਨੇਡਾ ਅਮਰੀਕਾ ਦੇ ਵਿੱਚ ਹੀ ਨਹੀਂ ਹੈ। ਕਨੇਡਾ ਦੀ ਚਲੋ ਧੀਰ ਸਾਹਿਬ ਆਪਾਂ ਨੂੰ ਅਪਡੇਟ ਦੇ ਦੇਣਗੇ, ਵੀ ਇਹ ਬੰਦੇ ਹੈ ਕਿਉਂ ਨਹੀਂ ਹੈ, ਇਹ ਨੌਬਤ ਕਿਉਂ ਆਈ ਆ, ਕੀ ਇਹ ਇਸ ਕਰਕੇ ਆਈ ਹੈ ਕਿ ਭਾਈ ਕੋਵਿਡ ਕਰਕੇ ਲੋਕ ਘਰ ਬੈਠੇ ਨੇ ਔਰ ਪੈਸੇ ਲਈ ਜਾਂਦੇ ਨੇ ਗੌਰਮੈਂਟ ਕੋਲੋਂ, ਜਾਂ ਫਿਰ ਵਾਕਈ ਬੰਦਿਆਂ ਦੀ ਕਮੀ ਹੈ। ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਜੀ ਪਹਿਲਾਂ ਇੰਡੀਆ ਤੋਂ ਬੰਦੇ ਆਉਂਦੇ ਸੀ, ਪਾਕਿਸਤਾਨ ਤੋਂ ਬੰਦੇ ਆਉਂਦੇ ਸੀ, ਅਤੇ ਇੱਕ ਰੋਟੇਸ਼ਨ ਜੀ ਬਣੀ ਹੋਈ ਸੀ, ਕੋਈ ਨਵਾਂ ਆਇਆ ਉਹ ਘੱਟੋ ਘੱਟ 2-3 ਸਾਲ ਤਾਂ ਲਾਉਂਦਾ ਹੀ ਸੀ ਰੈਸਟੋਰੈਂਟ 'ਤੇ, ਕਿਸੇ ਕੋਲ ਕੰਮ ਕੁੰਮ ਕਰਨ ਦਾ ਜਾਂ ਕਿਸੇ ਕੋਲ ਕੰਮ ਕਰਨ ਲਈ 2-3 ਸਾਲ ਲਾਉਂਦਾ ਸੀ। ਉਦੋਂ ਬਾਅਦ ਫਿਰ ਸੋਚਦਾ ਸੀ ਵੀ ਕਾਗਜ਼ ਦਾ ਪੱਤਰ ਬਣ ਗਏ ਅਤੇ ਹੁਣ ਟਰੱਕ ਦਾ ਲਾਇਸੈਂਸ ਬਣਾ ਲਈਏ। ਕੁਝ ਲੋਕਾਂ ਦਾ ਕਹਿਣਾ ਬੰਦੇ ਆਉਣੇ ਬੰਦ ਹੋ ਗਏ, ਘੱਟ ਗਏ, ਇਸ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਤੁਹਾਡਾ ਕੀ ਵਿਚਾਰ? ਬਾਕੀ ਕੰਮ ਦੀ ਗੱਲ ਕਰੀਏ ਤਾਂ ਹਰ ਬੰਦਾ ਇਹ ਕਹਿੰਦਾ ਵੀ ਕੰਮ ਬਹੁਤ ਹੈ, ਕੰਮ ਬਹੁਤ ਜ਼ਿਆਦਾ ਬੰਦੇ ਹੈ ਨਹੀਂ, ਕੰਮ ਬਹੁਤ ਜ਼ਿਆਦਾ ਬੰਦੇ ਹੈ ਨਹੀਂ। ਸਾਡੇ ਇੱਕ ਮੋਹਾਲੀ ਦੀ ਮੈਨੂੰ ਗੱਲ ਚੇਤੇ ਆ ਗਈ, ਸਾਡੇ ਉਹਦੇ ਕਮਾਂਡ ਸਾਹਿਬ ਸੀ, ਉਹ ਕਿਤੇ ਅਚਾਨਕ BP ਉਹਨਾਂ ਦਾ ਹਾਈ ਹੋਈ ਹੋਇਆ, ਅਤੇ ਚਲੋ ਨੇੜੇ ਹੀ ਘਰ ਸੀਗਾ, ਅਤੇ ਭੈਣ ਜੀ ਨੇ ਮੈਨੂੰ ਫੋਨ ਕੀਤਾ, ਅਸੀਂ ਲੈ ਗਏ ਹੋਸਪਿਟਲ, ਇੱਕ ਦੂਰ ਸੀਗਾ ਅਤੇ ਪ੍ਰਾਈਵੇਟ ਡਾਕਟਰ ਕੋਲ ਇੱਕ ਲੈ ਗਏ, ਨੇੜੇ ਹੀ ਸੀ, 7 ਫੇਸ ਉੱਥੇ ਲੈ ਗਏ, ਅਤੇ ਡਾਕਟਰ ਨੇ ਚੈੱਕ ਚੁੱਕ ਕੀਤਾ, ਅਤੇ ਉਦੋਂ ਬਾਅਦ ਟੀਕਾ ਭਰਿਆ ਲਾਉਣ ਵਾਸਤੇ, ਅਤੇ ਟੀਕਾ ਭਰ ਕੇ ਅਤੇ ਉਹ ਪੁੱਛਦਾ ਕਮਾਂਡ ਸਾਹਿਬ ਨੂੰ, ਡਾਕਟਰ ਸਾਹਿਬ ਪੁੱਛਦੇ ਨੇ ਵੀ ਭਾਈ ਟੈਨਸ਼ਨ ਕਾਹਦੀ ਤੈਨੂੰ, ਨਾਲੇ ਉਹ ਸੂਸਾ ਜਿਹਾ ਕਰੀਏ ਜਿੱਦਾਂ ਕਰਦੇ ਹੁੰਦੇ ਟੀਕਾ ਲਾਉਣ ਵਾਸਤੇ। ਉਹ ਕਹਿੰਦਾ ਜੀ ਕੰਮ ਬਹੁਤ ਹੈ, ਕੰਮ ਦੀ ਟੈਨਸ਼ਨ ਹੈ, ਕੰਮ ਬਹੁਤ ਹੈ। ਡਾਕਟਰ ਨੇ ਟੀਕਾ ਉਹਦੀ ਸਾਈਡ 'ਤੇ ਰੱਖਿਆ, ਉਹਨੂੰ ਕਹਿੰਦਾ ਉੱਠ ਕੇ ਬਾਹਰ ਚੱਲ, ਚੱਲ ਬਾਹਰ, ਮੈਂ ਨਹੀਂ ਤੇਰਾ ਇਲਾਜ ਕਰਨਾ। ਉਹ ਉਹਨੂੰ ਪੁੱਛਿਆ ਜੀ ਕਿਉਂ ਨਹੀਂ ਕਰਨਾ ਇਲਾਜ? ਕਹਿੰਦੇ ਨਹੀਂ, ਕੰਮ ਕਰਕੇ ਲੋਕ ਕਹਿੰਦੇ ਮਰਦੇ ਫਿਰਦੇ ਵੀ ਕੰਮ ਹੈ ਨਹੀਂ, ਕੰਮ ਹੈ ਨਹੀਂ, ਤੂੰ ਇਸੇ ਗੱਲ ਦੀ ਟੈਨਸ਼ਨ ਰੱਖੀ ਫਿਰਦਾ ਵੀ ਕੰਮ ਬਹੁਤ ਹੈ, ਕੰਮ ਬਹੁਤ ਹੈ। ਸੋ ਕੰਮ ਅਸੀਂ ਹੁਣ ਕੈਲੀਫੋਰਨੀਆ ਦੀ ਖਾਸ ਤੌਰ 'ਤੇ ਜ਼ਿਕਰ ਕਰੀਏ, ਜਾਂ ਨਿਊਯਾਰਕ ਦਾ ਕਰੀਏ, ਜਾਂ ਆਪਾਂ ਪੂਰੇ ਅਮਰੀਕਾ ਦਾ ਕਰੀਏ, ਤੁਸੀਂ ਕਿਸੇ ਦਾ ਵੀ ਜ਼ਿਕਰ ਕਰ ਸਕਦੇ ਹੋ, ਇਹ ਬੰਦਿਆਂ ਦੀ ਕਮੀ ਜਿਹੜੀ ਆ ਇਹਦਾ ਕੀ ਕਾਰਨ ਆ, ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹੱਲ ਹੋਏਗਾ, ਜਾਂ ਹੱਲ ਹੋਏਗਾ ਤਾਂ ਕਿਵੇਂ ਹੋਏਗਾ? ਅਸੀਂ ਬਾਕੀ ਕਮਿਊਨਿਟੀ ਦੀ ਛੱਡ ਦਈਏ ਗੱਲ, ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਹਾਂ। ਪੰਜਾਬੀ ਕਮਿਊਨਿਟੀ ਜਿੰਨੇ ਕੁ ਲੋਕ ਹੈਗੇ ਨੇ, ਉਹ ਕੀ ਕੰਮ ਕਰਨਾ ਬੰਦ ਹੋ ਗਏ ਨੇ, ਘੱਟ ਗਏ ਨੇ, ਹਟ ਗਏ ਨੇ, ਜਾਂ ਫਿਰ ਅਨਇੰਪਲਾਇਮੈਂਟ ਕਰਕੇ ਆ, ਜਾਂ ਦੂਜੀ ਗੱਲ ਇਹ ਵੀ ਅਗਰ ਅਨਇੰਪਲਾਇਮੈਂਟ ਕਰਕੇ ਆ, ਪੈਸੇ ਮਿਲੀ ਜਾਂਦੇ ਆ, ਜਦੋਂ ਖਤਮ ਹੋ ਗਈ ਕੀ ਉਦੋਂ ਬਾਅਦ ਲੋਕ ਕੰਮ ਕਰਨਗੇ? ਨਹੀਂ, ਅੱਜ ਇਹ ਕੰਮਾਂ ਕਾਰਾਂ ਨਾਲ ਸੰਬੰਧਿਤ ਹੈਗਾ। ਤੁਹਾਨੂੰ ਕਦੇ ਇੱਦਾਂ ਦੀ ਪ੍ਰੋਬਲਮ ਆਈ ਹੋਵੇ, ਜਾਂ ਕੰਮ 'ਤੇ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਵੇ, ਕੰਮ 'ਤੇ ਤੁਹਾਨੂੰ ਔਫਰਾਂ ਬੜੀਆਂ ਵੱਡੀਆਂ ਵੱਡੀਆਂ ਕਰ ਰਹੇ ਨੇ। ਸਾਡਾ ਇੱਕ ਦੋਸਤ ਕਹਿੰਦਾ ਵੀ ਸ਼ੈਫ ਯਾਰ ਕੋਈ ਸ਼ੈਫ ਦੇ ਦੇ, ਜਿੰਨੇ ਪੈਸੇ ਹੋਊਗਾ ਉਹਨੇ ਦੇ ਦਾਂਗੇ, ਕੋਈ ਲੈ ਯਾਰ, ਕੋਈ ਮਿਹਨਤ ਵਾਲੀ ਗੱਲ ਕੋਈ ਲਿਆ। ਇੱਕ ਉੱਥੇ ਹੈਗੇ ਨੇ ਹੋਸਪਿਟਲ, ਅਤੇ ਉਹ ਕਹਿੰਦੇ ਜੀ ਨਰਸਾਂ, ਯਾਰ ਤੁਸੀਂ ਅਨਾਊਂਸਮੈਂਟ ਕਰੋ, ਨਰਸ ਜਿਹੜਾ ਬੰਦਾ ਵੀ ਸਾਨੂੰ ਇੱਕ ਨਰਸ ਸਾਡੇ ਹੋਸਪਿਟਲ ਭੇਜੂਗਾ, ਉਹਨੂੰ $500 ਅਸੀਂ ਨਾਲ ਦੀ ਨਾਲ ਕੈਸ਼ ਦੇਵਾਂਗੇ। ਇਹ ਹਾਲ ਹੈ। ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ? ਇਹ ਜਨਰਲ ਜੀ ਆਪਾਂ ਗੱਲਾਂ ਪਤਾ ਕਰਨੀਆਂ, ਅੱਜ ਸ਼ੁਰੂ ਕਰਦੇ ਹਾਂ ਕਲਾਂ ਦਾ ਸਿਲਸਿਲਾ, ਅਤੇ ਨਾਲ ਨਾਲ
ਤੁਹਾਡੀਆਂ ਗੱਲਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਨਰੋ ਜੀ, ਜਤਿੰਦਰ ਜੀ। ਹੈਲੋ ਜੀ, ਸਤਿ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੀ ਵਿਚਾਰ ਨੇ ਜੀ? ਨਿਊਯਾਰਕ ਵੀ ਇਹੀ ਹਾਲ ਹੈ। ਬੋਲ ਰਹੇ ਜੀ, ਤੁਹਾਡੀ ਕੰਮ ਬਾਰੇ ਜਿਹੜੀ ਗੱਲ ਕਰ ਰਹੇ ਹੋ, ਬੜਾ ਅੱਛਾ ਟੌਪਿਕ ਹੈ ਤੁਹਾਡਾ ਜੀ। ਪਰ ਮੈਂ ਹੈਰਾਨ ਹਾਂ ਕਿ ਕੈਲੀਫੋਰਨੀਆ ਵਿੱਚ ਇਸ ਤਰ੍ਹਾਂ ਕਿਉਂ ਹੋ ਰਿਹਾ? ਵੈਸੇ ਤੇ ਨਿਊਯਾਰਕ ਦੀ ਮੈਂ ਗੱਲ ਕਰ ਰਿਹਾ, ਇੱਥੇ ਜਿੰਨੀ ਮੈਂ ਨਿਊਜ਼ ਦੇਖ ਰਿਹਾ ਸੁਣ ਰਹੇ ਹਾਂ, ਰੈਸਟੋਰੈਂਟ ਦੀ ਜਿੰਨੇ ਮਾਲਕ ਕਹਿ ਰਹੇ ਕਿ ਸਾਡੇ ਕੋਲ ਅਸੀਂ 50% ਸਟਾਫ ਘਟਾ ਦਿੱਤਾ ਹੈ, ਸਾਡੇ ਕੋਲ ਕੰਮ ਹੈ ਨਹੀਂ, ਬਿਜ਼ਨਸ ਹੈ ਨਹੀਂ, ਇਸਦੇ ਅਸੀਂ ਸਟਾਫ ਘਟਾ ਰਹੇ ਹਾਂ ਬਿਜ਼ਨਸ ਦੇ ਨਾਮ ਕਰਕੇ। ਉੱਥੇ ਤੁਹਾਡਾ ਉਲਟਾ ਹਿਸਾਬ ਹੈ ਕੈਲੀਫੋਰਨੀਆ ਦੇ ਵਿੱਚ। ਕੈਲੀਫੋਰਨੀਆ ਭਾਜੀ, ਕੈਲੀਫੋਰਨੀਆ ਦਾ ਸ਼ੁਰੂ ਤੋਂ ਇਤਿਹਾਸ ਰਿਹਾ, ਇੱਕ ਤਾਂ ਇੱਥੇ ਟਰੱਕਾਂ ਵਾਸਤੇ ਡਰਾਈਵਰ ਨਹੀਂ ਕਦੇ ਪੂਰੇ ਹੋਏ। ਅੱਛਾ ਅੱਛਾ ਅੱਛਾ। ਤੇ ਸੈਕੰਡ, ਰੈਸਟੋਰੈਂਟਾਂ ਵਿੱਚ ਸ਼ੈਫ ਨਹੀਂ ਕਦੇ ਪੂਰੇ ਹੋਏ, ਤੇ ਹਸਪਤਾਲ ਵਿੱਚ ਨਰਸਾਂ। ਬਾਹਰਲੇ ਮੁਲਕਾਂ ਦੇ ਨਾਲ ਉਹਨਾਂ ਨੂੰ ਕੰਪੀਟ ਕਰਨਾ, ਜਿਸ ਤਰ੍ਹਾਂ ਹੁਣ ਕੈਨੇਡਾ, ਆਸਟ੍ਰੇਲੀਆ ਤੇ ਜਾਂ ਅਮੈਰੀਕਾ, ਉੱਥੇ ਉਹਨਾਂ ਦੀ ਜਿਹੜੇ ਐਥਲੀਟ ਦੀ ਉਹਨਾਂ ਦੀ ਟ੍ਰੇਨਿੰਗ, ਸਪੈਸ਼ਲ ਟ੍ਰੇਨਿੰਗ ਹੁੰਦੀ ਹੈ, ਉਹਨਾਂ ਦੀ ਸਪੈਸ਼ਲ ਡਾਇਟ ਹੁੰਦੀ ਹੈ, ਉਹਨਾਂ ਕਿਉਂਕਿ ਮਹੀਨੇ ਛੇ ਛੇ ਮਹੀਨੇ ਸਾਲ ਸਾਲ ਪਹਿਲਾਂ ਹੀ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ। ਆਪਣੇ ਇੰਡੀਆ ਵਿੱਚ, ਆਪਣੇ ਇੰਡੀਆ ਵਿੱਚ 2 ਮਹੀਨੇ ਪਹਿਲਾਂ ਉਹਨਾਂ ਬੁਲਾ ਲੈਂਦੇ, ਚਲੋ ਆ ਜਾਓ, ਖੁਰਾਕ ਵੀ ਵਿਚਾਰੇ ਉਹਨਾਂ ਦੀ ਇੱਦਾਂ ਸਿੱਧੀ ਵਧੀ ਹੈਗੀ ਹੈ। ਤੇ ਇਸ ਹਾਲਤ ਦੇ ਵਿੱਚ ਵੀ ਦੇਖੋ ਜੀ, ਇਸ ਤੱਕ ਪਹੁੰਚਦੇ ਹੈ, ਇਹ ਬਹੁਤ ਵੱਡੀ ਗੱਲ ਹੈ ਜੀ। ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ। ਕੁੜੀਆਂ ਦੀ ਹਾਕੀ ਟੀਮ ਦੇ ਵਿੱਚ ਅਗਰ ਤੁਸੀਂ ਉਹਨਾਂ ਦਾ ਇਤਿਹਾਸ ਦੇਖੋ, ਕੁੜੀਆਂ ਦਾ ਬਹੁਤ ਗਰੀਬ ਘਰਾਂ ਚੋਂ ਮਿਹਨਤ ਕਰਕੇ ਇਸ ਤੱਕ ਪਹੁੰਚੀਆਂ। ਬਿਲਕੁਲ, ਪਿੰਡਾਂ ਦੇ ਵਿੱਚ ਬਹੁਤ ਛੋਟੇ ਗਰੀਬ ਘਰ ਸੀ, ਉਹਨਾਂ ਦੀ ਕੋਈ ਹੁਣ ਮੈਚ ਜਿੱਤ ਵੀ ਜਾਣਗੇ ਨਾ, ਤੇ 6 ਮਹੀਨੇ ਤੱਕ ਗੱਲ ਹੋਈ, ਉਹ ਤੋਂ ਬਾਅਦ ਉਹਨੂੰ ਭੁਲਭੁਲਾ ਜਾਣਗੇ ਸਾਰਿਆਂ ਨੂੰ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਉਹਨਾਂ ਦੀ, ਕੀ ਕਹਿੰਦੇ ਆ, ਜਿਹੜਾ ਸਵੈਟਰ ਬੁਣ ਰਿਹਾ ਸੀ ਜੀ, ਇੱਕ ਚੀਜ਼ ਮੈਂ ਦੱਸਾਂ, ਇਹ ਚੀਜ਼ ਜਿਹੜੀ ਨਾ, ਜਿਹੜੇ ਐਥਲੀਟ ਜਿਹੜੇ ਹੁੰਦੇ ਆ, ਜਿਹੜੇ ਸਵਿਮਰ ਹੁੰਦੇ ਸਪੈਸ਼ਲੀ, ਉਹ ਆਪਣੇ ਬ੍ਰੇਨ ਨੂੰ ਕੰਸੈਂਟ੍ਰੇਟ ਕਰਨ ਵਾਸਤੇ ਇਹੋ ਜਿਹੇ ਕੰਮ ਕਰਦੇ ਆ। ਸਵੈਟਰ ਬੁਣਨਾ ਉਹਨਾਂ ਮਤਲਬ ਕਿ ਕੰਸੈਂਟ੍ਰੇਸ਼ਨ ਉਹਨਾਂ ਨੂੰ ਦਿਮਾਗ ਨੂੰ ਮਿਲਦੀ ਹੈ। ਕਈ ਆਪਣੇ ਸਪੀਕਰ ਲਗਾ ਲੈਂਦੇ ਆ, ਹੈਡਫੋਨ ਲਗਾ ਲੈਂਦੇ ਆ ਕੰਨਾਂ ਤੇ, ਤਾਂ ਕਿ ਕੋਈ ਹੋਰ ਚੀਜ਼ ਕਿਸੇ ਦੀ ਗੱਲ ਸੁਣੇ ਨਾ ਸਾਨੂੰ। ਉਹ ਇਹਨਾਂ ਦੀ ਕੰਸੈਂਟ੍ਰੇਸ਼ਨ ਦੀ ਹੁੰਦੀ ਗੱਲ, ਸਾਰੀ ਜਿਹੜੇ ਸਵੈਟਰ ਬੁਣੇ ਉਹ ਇਸ ਕਰਕੇ ਨਹੀਂ ਬੋਲ ਰਹੇ ਜੀ, ਕੰਸੈਂਟ੍ਰੇਸ਼ਨ ਮੰਗਦੇ ਆ। ਚਲੋ, ਮਿਹਰਬਾਨੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਮਿਹਰਬਾਨੀ। ਨਾਲ ਦੀ ਨਾਲ ਅਗਰ ਅਸੀਂ ਗੱਲ ਕਰੀਏ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਸੁਰਿੰਦਰ ਸਿੰਘ ਜੀ, ਕਾਫੀ ਦਿਨਾਂ ਬਾਅਦ। ਸਰਦਾਰ ਸਿੰਘ ਜੱਗੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਕਾਫੀ ਦਿਨਾਂ ਬਾਅਦ। ਇੱਕ ਨਾ ਸਾਡੇ ਦਰਸ਼ਕ ਕਾਲਾਂ ਦੀ ਕੋਈ ਗੱਲ ਨਹੀਂ, ਆਪਾਂ ਗੱਲਬਾਤ ਹੋਵਿੰਦੀ ਨਹੀਂ ਹੁੰਦੀ, ਫਿਕਰ ਕਰਨ ਲੱਗ ਜਾਂਦੇ ਆ ਜੋ 2-4 ਦਿਨ ਕਾਲ ਨਹੀਂ ਹੁੰਦੀ। ਹੁਣ ਮੈਨੂੰ ਗਿਆਨ ਸਿੰਘ ਜੀ ਬਾਰੇ ਕਈਆਂ ਨੇ ਫੋਨ ਕੀਤਾ, ਅਗਰ ਗਿਆਨ ਸਿੰਘ ਜੀ ਸੁਣਦੇ ਹੋਣ, ਵੈਸੇ ਮੈਂ ਉਹਨਾਂ ਨੂੰ ਕਾਲ ਕਰਕੇ ਵੀ ਕਰੂੰਗਾ ਵੀ ਠੀਕ ਠਾਕ ਨੇ, ਅਤੇ ਉਹਦੇ ਬਾਰੇ ਮੈਂ ਕਈਆਂ ਨੇ ਪੁੱਛਿਆ ਜੀ ਵੀ ਉਹ ਕਾਲ ਕਰਦੇ ਹੁੰਦੇ ਸੀ ਸਾਰੇ ਪ੍ਰੋਗਰਾਮਾਂ ਦੇ ਵਿੱਚ, ਹੁਣ ਕਾਲ ਆਈ ਨਹੀਂ, ਪੁੱਛੋ ਵੀ ਠੀਕ ਠਾਕ ਹੈ ਕਿ ਸਿਹਤ, ਉਹਨਾਂ ਦਾ ਮੈਂ ਪੁੱਛ ਕੇ ਦੱਸ ਦੂੰਗਾ ਕੱਲ੍ਹ ਨੂੰ। ਉਹ ਮੈਨੂੰ ਗੁਰਪ੍ਰੀਤ ਵੀ ਪੁੱਛਦਾ ਸੀ ਜਿਹੜਾ ਸਵੇਰ ਨੂੰ ਆਪਣੇ ਮੁੰਡੇ ਦਾ ਹੁਣ ਡੇਲੀ 2 ਦੇ ਵਿੱਚ, ਹਾਂਜੀ, ਉਹ ਵੀ ਕਹਿੰਦਾ ਅੰਕਲ ਗਿਆਨ ਸਿੰਘ ਅੰਕਲ ਨੇ ਹੁਣ ਫੋਨ ਕਰਦਾ, ਮੈਂ ਕਿਹਾ ਬਈ ਬੋਲਦੇ ਆ ਸਟੈਂਡ ਵਾਲਾ ਰਹਿੰਦੇ, ਸਾਤੋਂ ਤਾਂ ਦੂਰ ਆ ਉਹ। ਨਹੀਂ ਨਹੀਂ, ਮੇਰੇ ਕੋਲ ਹੈਗਾ ਨੰਬਰ, ਮੈਂ ਅੱਜ ਕਰਕੇ ਦੇਖੂੰਗਾ, ਮਾੜਾ ਹੋਲਡ ਰੱਖੋ ਜੀ। ਸੁਰਿੰਦਰ ਜੀ, ਕੀ ਕਹਿਣਾ ਚਾਹੁੰਦੇ? ਉਹ ਤਾਂ ਬੜੇ ਸਿਆਣੇ ਬੰਦੇ ਆ ਜੀ, ਗਿਆਨ ਸੋਹਣੀ ਤਾਂ ਬੜੀਆਂ ਪੁਰਾਣੀਆਂ ਗੱਲਾਂ ਕਰਦੇ ਆ। ਹਾਂ, ਨਹੀਂ ਸਾਰੇ ਕਾਲਰ ਜੀ ਸਿਰ ਮੱਥੇ ਸਭ ਜਿੰਨੇ ਵੀ ਕਾਲ ਕਰਦੇ ਨੇ ਟਾਈਮ ਕੱਢ ਕੇ ਕੰਮ ਬਾਰੇ ਗੱਲਾਂ ਕਰਦੇ ਆ। ਹਾਂਜੀ, ਕੰਮ ਦੀ ਗੱਲ ਕਰਦੇ, ਜਿਵੇਂ ਨਿਊਯਾਰਕ ਦੀ ਗੱਲ ਕਰੀਏ ਤਾਂ ਉੱਥੇ ਲੋਕਾਂ ਨੇ ਸਟਾਫ ਘਟਾਇਆ ਸੀ, ਕਿਸੇ ਨੇ 50% ਘਟਾਤਾ ਵੀ ਕੰਮ ਹੈ ਨਹੀਂ, ਅਤੇ ਇੱਥੇ ਕੈਲੀਫੋਰਨੀਆ 'ਚ ਕਿਸੇ ਕੰਮ 'ਚ ਵੀ ਚੱਲ ਜਾਈਏ ਜੀ, ਕੈਲੀਫੋਰਨੀਆ 'ਚ ਉਹ ਕਹਿੰਦੇ ਬੰਦੇ ਨਹੀਂ ਪੂਰੇ ਹੁੰਦੇ, ਕਾਰਨ ਕੀ ਆ? ਕਿਸੇ ਕੰਮ ਦੇ ਬੰਦੇ ਨਹੀਂ ਮਿਲਦੇ ਜੀ, ਹੋਟਲਾਂ ਵਾਲੇ ਵਿਚਾਰੇ ਰੈਸਟੋਰੈਂਟ ਬੰਦ ਕਰ ਗਏ ਬੰਦਿਆਂ ਕੋਲੋਂ, ਖੇਤੀ ਨੂੰ ਬੜਾ ਔਖਾ ਹੋਇਆ, ਖੇਤੀ ਲਈ ਨਹੀਂ ਮਿਲਦੇ ਬੰਦੇ। ਹਾਂਜੀ, ਇੱਥੇ ਤੱਕ ਮੈਂ ਦੱਸੀ ਗੱਲ ਵੀ, ਉੱਥੇ ਸਾਡੇ ਉਹ ਵਾਈਫ ਕਹਿੰਦੀ ਉਹਦੀ ਹੋਟਲ ਹੈਗਾ ਉਹਨਾਂ ਦਾ, ਵੀ ਜਾਂ ਹੋਟਲ ਛੱਡਦੇ ਜਾਂ ਕਿਤੇ ਮੈਨੂੰ ਛੱਡਦੇ। ਇੱਦਾਂ ਹੈ ਜੀ, ਬਹੁਤ ਤੰਗੀ ਹੈ ਇੱਥੇ ਤਾਂ ਆਪਣੇ ਬੰਦੇ ਦੀ, ਬਹੁਤ ਤੰਗੀ ਹੈ ਜੀ, ਜਿਹੜੇ ਰੈਸਟੋਰੈਂਟ ਵਾਲੇ ਵੀ ਕੋਈ ਟੀਮੀ ਆਦਮੀ ਵਿਚਾਰੇ ਬੋਤਾ ਲਾਉਂਦੇ ਆ, ਕੋਈ ਇੱਦਾਂ ਮਤਲਬ ਇੱਕ ਦੋ ਫੜ ਕੇ, ਹਾਂਜੀ, ਮੇਰੇ ਵਰਗੇ ਅਣਜਾਣ ਨੂੰ ਫੜ ਕੇ ਆਪਣਾ ਨਾਲ ਕਰਾ ਕਰੂ ਕੇ ਬੁੱਤਾ ਲਾਉਂਦੇ। ਇੱਕ ਪਰਸੋਂ ਬੰਦਾ ਦੱਸਦੇ, ਕਹਿੰਦਾ 5,000 ਦਿੰਦੇ ਸੀ ਰੋਟੀਆਂ ਲਾਉਣ ਵਾਲੇ ਨੂੰ, ਉਹ ਵੀ ਨੱਠ ਗਿਆ ਕਹਿੰਦਾ। ਹਾਂਜੀ ਹਾਂਜੀ, 6,000 6 ਦੇ ਦਾਂਗੇ ਜੀ, ਰੋਟੀ ਪਾਣੀ ਸਾਰਾ ਫ੍ਰੀ ਹੱਦ। ਅੱਛਾ, ਇਹ ਜਿਹੜੇ ਘਰ ਦੇ ਚਾਰ ਜੀ ਆਪ ਨੇ, ਉਹ ਤਾਂ ਕੰਮ ਕਾਰ ਹੈਗੇ ਨੇ ਠੀਕ ਚਲਾ ਰਹੇ? ਹਾਂਜੀ ਹਾਂਜੀ। ਬਾਕੀਆਂ ਦਾ ਔਖਾ, ਅਤੇ ਇਹਦਾ ਕਿਵੇਂ, ਇਹਦਾ ਲੱਗਦਾ ਅਨਪਲੋਇਮੈਂਟ ਕਰਕੇ ਲੱਗਦਾ ਜੀ, ਕੀ ਕਾਰਨ ਹੈ? ਬਸ ਇਹੀ ਆ ਜੀ, ਇਹ ਮੁਲਕ ਲਈ ਤਾਂ ਮਾੜੀ ਗੱਲ ਆ ਇਹ ਜੱਗੀ ਜੀ, ਕਿਉਂ ਜਿਹੜਾ ਵਿਹਲਿਆਂ ਨੂੰ ਬੈਠਿਆਂ ਨੂੰ ਪੈਸੇ ਦੇਈ ਜਾਂਦੇ ਅਕਸਰ, ਤਾਂ ਉਹ ਦੇਖੋ ਜਿਹੜੇ ਬੰਦੇ ਕੰਮ ਕਰਦੇ ਰਹੇ, ਨਰਸਾਂ ਡਾਕਟਰ ਮਰਨ ਦੇ ਥੈਂ ਉਹ ਬੜੇ ਰਹੇ ਆ, ਉਹਨਾਂ ਦਾ ਇੱਕ ਪੈਨੀ ਉਹਨਾਂ ਨੂੰ ਨਹੀਂ ਦਿੱਤੀ, ਉਹਨਾਂ ਦਾ ਟੈਕਸ ਰੱਜ ਕੇ ਕੱਟਿਆ ਹੀ ਨਹੀਂ। ਹਾਂਜੀ ਹਾਂਜੀ। ਤੇ ਜਿਹੜੇ ਮੇਰੇ ਵਰਗੇ ਵਿਹਲੜ ਬੈਠੇ ਆ, ਇਹਨਾਂ ਨੂੰ ਆਵਾ ਗੌ 2,000 ਸੁੱਟ ਦਿਓ, 500 ਸੁੱਟ ਦਿਓ, 1,500 ਸੁੱਟ ਦਿਓ, 2,000 ਸੁੱਟ ਸੁੱਟੀ ਜਾਂਦੇ ਹਰ 2-3 ਮਹੀਨੇ ਹੈ ਨਾ, ਸੁੱਟੀ ਜਾਂਦੇ। ਹਾਂਜੀ ਹਾਂਜੀ, ਬੇਲੋੜੇ ਬੇਲੋੜੇ, ਕਿਉਂਕਿ ਉਹਨਾਂ ਨੂੰ ਲੋੜ ਨਹੀਂ, ਨਾ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਜਿਹੜੇ ਪੈਸੇ।
ਪੈਸੇ ਮਿਲਦੇ ਆ, ਮਿਲੀ ਜਾਂਦੇ ਆ, ਉਹ ਆਪਣਾ ਕੰਮ ਕਰਦੇ, ਉਹਨਾਂ ਦਾ ਕਰੋ ਬਿਜ਼ਨਸ ਖਰਾਬ ਹੋਇਆ, ਉਹ ਤਾਂ ਬੈਠੇ ਆਰਾਮ ਨਾਲ ਝੂਠ ਬੋਲ ਕੇ ਪੈਸੇ ਲੈਂਦੇ ਲਈ ਜਾਂਦੇ ਆ। ਇਹ ਮੁਲਕ ਲਈ ਬਾਹਲੀ ਚੰਗੀ ਗੱਲ ਨਹੀਂ, ਇਹ ਬਾਬਾ ਕੌਮੀ ਨੂੰ ਬੜੀ ਚੱਕ ਗਿਆ ਸੀ, ਜਦੋਂ ਜਾਊਗੇ ਦੇਖਿਓ ਫਿਰ ਪਤਾ ਲੱਗੂਗਾ ਵੀ ਕੀ ਕਰਕੇ ਜਾਂਦੇ ਆ। ਹੁਣ $4.5 ਆਪਣੇ ਪੈਟਰੋਲ ਹੋ ਗਿਆ ਆ ਗੈਸ ਇੱਥੇ। ਹਾਂਜੀ 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 ਹਾਂਜੀ। ਬਾਕੀ ਤੁਸੀਂ ਉਹ ਗੱਲ ਕਰਦੇ ਸੀ, ਉਹ ਤਾਂ ਆਪਣੇ ਬੜਾ ਉਹ ਨਾਟਕਬਾਜ਼ ਬੰਦਾ ਆ, ਉਹ ਕੋਈ ਇੱਦਾਂ ਨਹੀਂ ਭਾਈ, ਉਹ ਬਾਹਰੀ ਹੋ ਕੇ ਗਈ ਆ ਲੜਕੀ ਸਲਾਹ ਨਾਲ ਹੀ ਲੱਗੀ ਜੀ। ਅੱਛਾ, ਮੈਂ ਇਹ ਗੱਲ ਲੱਗਾ ਸੀ ਕਹਿਣ ਸੱਚੀ, ਮੈਂ ਕਿਹਾ ਵੀ ਪਤਾ ਨਹੀਂ ਐਵੇਂ ਕਾਹਨੂੰ, ਕੋਈ ਨਾ ਕੋਈ ਇਹਦੇ ਪਿੱਛੇ ਹੋਏਗੀ ਸਿਆਸਤ ਜਿਹੜੀ ਇੱਕਦਮ। ਹਾਂਜੀ ਬੜੀ ਤਕੜੀ ਸਿਆਸਤ ਜੀ, ਅੱਖਾਂ ਪਹੁੰਚਦਾ, ਕਿਉਂਕਿ ਉਸ ਕੁੜੀ ਨੂੰ ਜਾਣਦਾ ਕੋਈ ਨਹੀਂ, ਇਸ ਕਰਕੇ ਰੋਰ ਆ ਕੇ ਦੱਸਣਾ ਚਾਹੁੰਦਾ ਵੀ ਮੇਰੀ ਕੁੜੀ ਆ ਇਹ, ਇੱਦਾਂ ਮਜਾਤ ਜਾਈ ਕਿ ਉਹਨੂੰ ਮੋਹਾਲੀ ਤੋਂ ਬਿਨਾਂ ਬਾਹਰ ਕੋਈ ਜਾਣਦੇ ਨਹੀਂ ਉਸ ਕੁੜੀ ਨੂੰ ਚੰਗੀ ਤਰ੍ਹਾਂ। ਹਾਂ ਨਹੀਂ ਜਾਣਦਾ, ਔਰ ਜ਼ਿਆਦਾ ਵਧੀਆ ਬੁਲਾਰੀ ਵੀ ਨਹੀਂ ਹੈਗੀ, ਮੈਂ ਮਿਲੇ ਹੋਏ ਹਾਂ। ਹਾਂ ਕੁਛ ਵੀ ਨਹੀਂ ਹੈ, ਮਤਲਬ ਇਹਨੂੰ ਉਹ ਮਸ਼ਹੂਰ ਕਰਦਾ ਲੋਕਾਂ ਦੇ ਵਿੱਚ ਦੱਸ ਦੱਸ ਕੇ, ਅਤੇ ਬਾਕੀ ਹੈ ਵੀ ਰਹਿ ਨਾਲ ਜਾਂ ਕੋਈ ਇਹਨਾਂ ਦਾ ਕੋਈ ਨਹੀਂ, ਤੱਤੀ ਤਵੀ 'ਤੇ ਵੀ ਬਹਿ ਜਾਣਾ ਇਹਨਾਂ ਦਾ ਕੋਈ ਯਕੀਨ ਨਹੀਂ। ਬਿਲਕੁਲ ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਹਾਂ ਜੀ, ਕਹਿੰਦੇ ਗੱਦੀ ਖੁਸ ਦੀ ਦਿਸੇ ਜਦ ਹਾਕਮਾਂ ਨੂੰ, ਮਰਦੇ ਸੱਪ ਦੇ ਵਾਂਗ ਫਿਰ ਤੜਫਦੇ ਨੇ। ਗੱਦੀ ਖੁਸ ਦੀ ਦਿਸੇ ਜਦ ਹਾਕਮਾਂ ਨੂੰ, ਮਰਦੇ ਸੱਪ ਦੇ ਵਾਂਗ ਫਿਰ ਤੜਫਦੇ ਨੇ। ਵੋਟਰ ਜਿਹਨਾਂ ਨੂੰ ਲਿਆਉਣ ਲਈ ਹੋਣ ਕਾਲੇ ਕੰਡੇ ਵਾਂਗ, ਉਹਨਾਂ ਨੂੰ ਰੜਕਦੇ ਨੇ। ਲਾਉਂਦੇ ਝੜੀ ਫਿਰ ਫੋਕਿਆਂ ਲਾਰਿਆਂ ਦੀ, ਬੱਦਲ ਮੀਂਹ ਤੋਂ ਖਾਲੀ ਜਿਉਂ ਗੜਕਦੇ ਨੇ। ਆ ਹੁਣ 15-20 ਐਲਾਨ ਕਰਦਾ ਇਹਨੂੰ, ਜੇ ਵੋਟਰ ਪੁੱਛਣ ਵੀ ਆ ਆਪਣੀਆਂ ਬੱਸਾਂ ਫ੍ਰੀ ਕਰਦੇ ਤਾਂ ਹੁਣ ਤੇਰੇ ਕੋਲ ਬੱਸਾਂ, ਜਦੋਂ ਤੂੰ ਮੁੱਖ ਮੰਤਰੀ ਬਣੂ ਉਦੋਂ ਬਣ ਜਾਈ ਹੁਣ ਕਾਰ ਫ੍ਰੀ। ਪਰ ਲੋਕ ਪੁੱਛਦੇ ਨੀ, ਲੋਕ ਤਾਂ ਬੁੜੇ ਬੁੜੇ ਇਹਨਾਂ ਦੇ ਪੈਰੀ ਹੱਥ ਲਾਈ ਜਾਂਦੇ, ਐਡੀ ਜ਼ਮੀਰ ਮਰੀ ਉੱਥੇ ਲੋਕਾਂ ਦੀ। ਇਹੀ ਪੁੱਛ ਲੈਣਾ ਭਾਈ ਹੁਣ ਤੇਰੇ ਕੋਲ ਬੱਸਾਂ ਆ, ਤੂੰ ਕਹਿੰਦਾ ਬਿਜਲੀ ਫ੍ਰੀ ਕਰੂ, ਉਹ ਗਏ ਨਾ ਕਿਸੇ ਦੇ ਕੇ ਆ ਬਹਿੜਾ ਬੜਾ ਸੋਹਣਾ ਭੈਣ ਜੀ, ਕਹਿੰਦੀ ਇਹਦੀ ਤਾਂ ਰੰਡੀ ਕੀਤੀ ਹੂੰ ਆ। ਸਮਝੌਤੇ ਕੀਤੇ ਨਾ ਹੁਣ ਟੁੱਟਣੇ ਆ ਉਹ। ਲਾਉਂਦੇ ਝੜੀ ਫਿਰ ਫੂਕਿਆਂ ਲਾਰਿਆਂ ਦੀ, ਬੱਦਲ ਮੀਂਹ ਤੋਂ ਖਾਲੀ ਜਿਉਂ ਗੜਕਦੇ ਨੇ। ਪੱਤਾ ਧਰਮ ਦਾ ਖੇਲਣ ਬੇਕਿਰਕ ਹੋ ਕੇ, ਘੜ ਕੇ ਜੁਗਤ ਫਿਰ ਲੋਕ ਜਦ ਭੜਕਦੇ ਨੇ। ਖਿਜੇ ਸੜੇ ਪਏ ਲੋਕ ਉਡੀਕ ਕਰਦੇ, ਘੜਾ ਪਾਪ ਦਾ ਕਦੋਂ ਕੋਈ ਫੁੱਟਦਾ ਏ। ਬਾਬਾ ਨਾਨਕ ਡੰਕੇ ਦੀ ਚੋਟ ਲਾ ਕੇ ਕਹਿ ਗਏ, ਅੰਤ ਨੂੰ ਕੂੜ ਨਖੁੱਟਦਾ ਏ। ਬਾਬਾ ਨਾਨਕ ਡੰਕੇ ਦੀ ਚੋਟ ਲਾ ਕੇ ਕਹਿ ਗਏ, ਅੰਤ ਨੂੰ ਕੂੜ ਨਖੁੱਟਦਾ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਵਧੀਆ ਗੱਲਾਂ ਬਾਤਾਂ ਚੱਲ ਰਹੀਆਂ ਨੇ। ਤੁਸੀਂ ਵੀ ਕਾਲ ਕਰਕੇ ਆਪਣੇ ਕੋਈ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ, ਕੰਮ ਕਾਰ ਦੀ ਗੱਲ ਚੱਲ ਰਹੀ ਆ, ਤੁਹਾਡੇ ਨਾਲ ਕਦੇ ਪ੍ਰੋਬਲਮ ਆਈ ਹੋਵੇ ਇਹੋ ਜਿਹੀ, ਖਾਸ ਤੌਰ 'ਤੇ ਕੈਲੀਫੋਰਨੀਆ ਦੀ ਗੱਲ ਕਰੀਏ, ਜਿਵੇਂ ਨਿਊਯਾਰਕ ਦੇ ਵਿੱਚੋਂ ਉਹਨਾਂ ਭਾਈ ਸਾਹਿਬ ਦਾ ਫੋਨ ਆਇਆ ਸੀਗਾ ਵੀ ਉੱਥੇ ਤਾਂ 50% ਲੋਕਾਂ ਨੇ ਸਟਾਫ ਆਪ ਘਟਾਇਆ ਕਿ ਕੰਮ ਹੈ ਨਹੀਂ। ਮੈਂ ਇੱਥੇ ਸਾਰੇ ਅਸੀਂ ਤਕਰੀਬਨ ਕੋਵਿਡ ਦੌਰਾਨ ਇੱਥੇ ਹੀ ਸੀਗੇ ਅਤੇ ਔਰ ਬਹੁਤ ਮੇਰਾ ਖਿਆਲ ਨਹੀਂ ਕਿਸੇ ਨੇ ਬਾਹਲਾ ਇਸ ਤਰ੍ਹਾਂ ਕੀਤਾ, ਕੁਛ ਇੱਕ ਨੇ ਕੀਤਾ ਵੀ ਹੋਏਗਾ, ਪਰ ਬਾਅਦ ਦੇ ਵਿੱਚ ਹੁਣ ਕੰਮ ਕਾਰ ਚੱਲ ਪਏ। ਖਾਸ ਤੌਰ 'ਤੇ ਰੈਸਟੋਰੈਂਟ ਦੀ ਗੱਲ ਕਰੀਏ ਤਾਂ ਟੂ ਗੋ ਦਾ ਕੰਮ ਕਾਫੀ ਹੱਦ ਤੱਕ ਬਹੁਤ ਜ਼ਿਆਦਾ, ਔਰ ਟੂ ਗੋ ਦਾ ਰੈਸਟੋਰੈਂਟਾਂ ਦੇ ਵਿੱਚ ਕੰਮ ਟੂ ਗੋ ਦਾ ਉਹ ਕਦੇ ਸੌਖਾ, ਨਾ ਤਾਂ ਪਲੇਟਾਂ ਧੋਣੀਆਂ ਪੈਂਦੀਆਂ, ਨਾ ਕਿਤੇ ਭਾਂਡੇ, ਨਾ ਕਿਤੇ ਨਖਰਾ ਚੜ੍ਹਨਾ ਪੈਂਦਾ, ਅਤੇ ਕੰਮ ਵੱਧ ਗਿਆ ਸਗੋਂ ਉਲਟਾ। ਜੇ ਹੁਣ ਕਿਸੇ ਨੇ 4 ਰੋਟੀਆਂ ਲਿਜਾਣੀਆਂ, ਅਗਲਾ 6 ਲਿਆਂਦਾ, ਯਾਰ ਥੋੜ੍ਹ ਨਾ ਜਾਵੇ। ਜੇ ਉਹਨੇ 2 ਦਾਲਾਂ ਲਿਜਾਣੀਆਂ, 3 ਲਿਆਂਦਾ, ਯਾਰ ਥੋੜ੍ਹ ਨਾ ਜਾਵੇ। ਮੁੜ ਕੇ ਫਿਰ ਕਿੱਥੇ ਭੱਜੇ ਫਿਰਾਂਗੇ, ਤਾਂ ਐਂ ਕਰ ਇੱਕ ਹੋਰ ਪਾ ਦੇ। ਸੋ ਉਹ ਕਹਿੰਦੇ ਜੀ ਸਾਡਾ ਕੰਮ ਵਧੀਆ, ਅਤੇ ਪਰ ਬੰਦੇ ਘਟੇ ਨੇ, ਇਹਦੇ ਬਾਰੇ ਗੱਲ ਚੱਲ ਰਹੀ ਹੈ। ਤੁਹਾਡੇ ਕੀ ਵਿਚਾਰ ਨੇ? ਮੇਰੇ ਕੋਲ ਇੱਕ ਅੱਧੀ ਅਨਾਊਂਸਮੈਂਟ ਵੀ ਆਈ ਸੀ ਲੈਜੈਂਡ ਟਰਾਂਸਪੋਰਟ ਵਾਲਿਆਂ ਦੀ, ਉਹ ਵੀ ਮੈਂ ਕਰਦਾ ਕਿਉਂਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲੋੜ ਹੈਗੀ ਡਰਾਈਵਰਾਂ ਦੀ, ਸਾਰਿਆਂ ਨੂੰ ਲੋੜ ਹੈ। ਪਰ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬ। ਹਾਜ਼ਰ ਜੀ, ਇੱਕ ਵਾਰ ਫਿਰ ਗੱਲਬਾਤ ਚੱਲ ਰਹੀ ਕੰਮਕਾਰ ਦੀ ਵੀ, ਕੰਮਕਾਰ ਕੈਲੀਫੋਰਨੀਆ ਦੀ ਖਾਸ ਤੌਰ 'ਤੇ, ਬਾਕੀ ਹਿੱਸਿਆਂ ਦਾ ਵੀ ਹਾਲ ਤੁਸੀਂ ਦੱਸ ਦਿਓ ਕਿ ਸਾਰੇ ਜਗ੍ਹਾ ਹੀ ਇਹ ਹਾਲ ਹੈ ਕਿ ਬੰਦੇ ਨਹੀਂ ਮਿਲਦੇ ਜਾਂ ਸਿਰਫ ਕੈਲੀਫੋਰਨੀਆ ਦਾ ਹੀ ਹਾਲ ਹੈ। ਕਾਲਾਂ ਵਾਲੇ ਪਾਸੇ ਆਪਾਂ ਚੱਲਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ ਜੀ। ਮਾਸੀ ਜੀ, ਹੈਲੋ। ਮਾਸੀ ਜੱਗੀ ਸਾਹਿਬ, ਹਾਂਜੀ ਹਾਂਜੀ, ਪੈਰੀ ਪੈਣਾ ਠੀਕ ਠਾਕ ਹੋ? ਹਾਂ ਠੀਕ ਠਾਕ ਆ, ਬੈਠੇ ਆ। ਤੇ ਤੁਸੀਂ ਬਸ ਬਹੁਤ ਵਿਸ਼ਾ ਦਾ ਬਹੁਤ ਵਧੀਆ ਜਾਂਦਾ ਗਾ, ਤੇ ਅੱਜ ਕਿਹੜੇ ਵਿਸ਼ੇ ਤੇ ਗੱਲ ਕਰੀਏ? ਅੱਜ ਤਾਂ ਕੰਮਕਾਰ ਦੀ ਗੱਲ ਚੱਲਦੀ ਹੈ, ਤੇ ਤੁਸੀਂ ਕਰਿਆ ਆ ਕੇ ਮਰ ਕੇ ਕੰਮ ਕਿ ਨਹੀਂ ਲੋੜ ਪਈ? ਕੰਮਕਾਰ ਅਸੀਂ ਤਾਂ 4 ਮਿੰਟ ਹੋ ਗਏ। ਨਹੀਂ ਪਹਿਲਾਂ ਕਰਿਆ, ਪਹਿਲਾਂ ਕਰਿਆ ਮਰ ਕੇ ਕਿ ਨਹੀਂ ਕੰਮ ਕੋਈ? ਹਾਂ ਬਥੇਰਾ ਕੀਤਾ, ਬਥੇਰਾ ਕੀਤਾ ਅਸੀਂ ਹੁਣ 4 ਮਿੰਟ ਦਾ ਜੀ। ਤੇ ਬਈ ਦੇਖ ਉਦੋਂ ਬਾਦਲ ਸਾਹ ਤੇ ਉਦੋਂ ਮਾਇਆਵਤੀ ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਲਈ, ਤੁਹਾਡਾ ਧੰਨਵਾਦ ਜੀ। ਹਾਂਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਸਿੰਘ ਚੰਦਰ ਸਾਹਿਬ। ਹਾਂਜੀ
ਜੀ ਸਾਹਿਬ ਚਲੋ ਇਹ ਤਾਂ ਹੈਗਾ ਇਹਦੇ ਨਹੀਂ ਤੁਹਾਡੇ ਇਲਾਕੇ 'ਚ ਵੀ ਇਹੀ ਹੈ ਜੀ ਇੱਦਾਂ ਹੀ ਆ ਕਿ ਬੰਦੇ ਨਹੀਂ ਮਿਲ ਰਹੇ ਕੰਮਾਂ ਕਾਰਾਂ 'ਤੇ ਤੁਹਾਡਾ ਸਟੇਟ ਤੁਹਾਡੀ ਜਾਂ ਕਾਉਂਟੀ ਕਹਿ ਲਓ ਸਟੇਟ ਕਹਿ ਲਓ ਹਾਂ ਸਾਡਾ ਸਾਡੇ ਸ਼ਹਿਰ 'ਚ ਵੀ ਬੰਦਿਆਂ ਦੀ ਪ੍ਰੋਬਲਮ ਹੈ ਅਤੇ ਕਾਰਨ ਇਹੀ ਲੱਗਦਾ ਜੀ ਕਾਰਨ ਇਹੀ ਹੈ ਅਨਇੰਪਲਾਈਮੈਂਟ ਮਿਲ ਰਹੀ ਹੈ ਜਾਂ ਹੋਰ ਕਾਰਨ ਲੱਗਦਾ ਕਾਰਨ ਅਨਇੰਪਲਾਈਮੈਂਟ ਵੀ ਵੱਡਾ ਕਾਰਨ ਹੈ ਪਰ ਇੱਕ ਦੋ ਕਾਰਨ ਹੋਰ ਵੀ ਹੈ ਕਿ ਜਿਹੜੇ ਮੈਕਸੀਕਨ ਲੋਕ ਆ ਉਹ ਥੋੜ੍ਹੇ ਬਹੁਤ ਪੰਜਾਬੀ ਰੱਖਦੇ ਆ ਉਹਨਾਂ ਨੂੰ ਆਪਣੇ ਰੈਸਟੋਰੈਂਟ 'ਚ ਜਾਂ ਕਿਸੇ ਵੀ ਪਰ ਉਹ ਵੀ ਜ਼ਿਆਦਾਤਰ ਜਿਹੜੇ ਮੈਕਸੀਕੇ ਆ ਉਹ ਆਪਣੇ ਸਟੋਰਾਂ 'ਚ ਉਹਨਾਂ ਦੇ ਵੀ ਰੈਸਟੋਰੈਂਟ ਬਹੁਤ ਆ ਇੱਥੇ ਮੈਂ ਕਰਕੇ ਖੁਸ਼ ਹੈ ਕਿਉਂਕਿ ਉਹਨਾਂ ਨੂੰ ਲੈਂਗੁਏਜ ਦੀ ਸਹੂਲਤ ਮਿਲਦੀ ਆ ਤੇ ਸਾਡੇ ਜਿਹੜੇ ਕਮਿਊਨਿਟੀ ਦੇ ਜਿੰਨੇ ਵੀ ਕੋਈ ਰੈਸਟੋਰੈਂਟ ਚਲਾਉਂਦਾ ਜਾਂ ਕੋਈ ਵੀ ਧੰਦਾ ਕਰਦਾ ਇਹ ਵੀ ਕੀ ਕਹਿੰਦੇ ਆ ਕਿ ਸਾਡੇ ਪੰਜਾਬੀ ਆਵੇ ਕੋਈ ਇਹਨਾਂ ਦੀ ਇਹਨਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਕਰਕੇ ਇਹ ਨਹੀਂ ਕੀ ਕੀਤਾ ਕਿ ਜਦੋਂ ਦਾ ਕੰਮ ਚੱਲਦਾ ਰਿਹਾ ਉਦੋਂ ਨਹੀਂ ਟ੍ਰੇਨਡ ਨਹੀਂ ਕੀਤੇ ਬਾਹਰ ਦੇ ਜਿਹੜੇ ਦੂਜੇ ਕਮਿਊਨਿਟੀ ਦੇ ਚਾਈਨੀ ਜਾਂ ਹੋਰ ਕੋਈ ਇਹਨਾਂ ਨੂੰ ਥੋੜ੍ਹੇ ਥੋੜ੍ਹੇ ਟ੍ਰੇਨਡ ਕਰਨੇ ਚਾਹੀਦੇ ਸੀ ਉਹ ਵੀ ਤੇ ਫਿਰ ਇਹ ਕਮੀ ਨਾ ਆਉਂਦੀ ਤੇ ਇਹਨੀ ਹੁਣ ਉਹ ਟ੍ਰੇਨਡ ਨਹੀਂ ਆ ਉਹ ਲੈਂਗੁਏਜ ਨਹੀਂ ਸਮਝਦੇ ਇਸ ਕਰਕੇ ਇਹਨਾਂ ਨੂੰ ਸਾਡੇ ਲਈ ਪੰਜਾਬੀ ਚਾਹੀਦੇ ਆ ਤੇ ਪੰਜਾਬੀ ਫਿਰ ਥੋੜ੍ਹੇ ਹੋਣ ਕਰਕੇ ਆਕੜਦੇ ਆ ਜਾਂ ਤਾਂ ਜ਼ਿਆਦਾ ਤਨਖਾਹਾਂ ਦੇ ਉਹ ਜੋ ਜ਼ਿਆਦਾ ਵੀ ਦਿੰਦੇ ਆ ਤਾਂ ਵੀ ਉਹ ਨਹੀਂ ਕਰਕੇ ਰਾਜੀ ਹੋਰ ਹੋਰ ਜ਼ਿਆਦਾ ਚਾਹੁੰਦੇ ਹੋਣਗੇ ਜਾਂ ਅਨਇੰਪਲਾਇਮੈਂਟ ਵੀ ਆ ਏਦਾਂ ਦੋ ਚਾਰ ਕਾਰਨ ਹੈ ਕਿ ਕਿਉਂਕਿ ਸਾਡੀ ਵੀ ਦੂਜੇ ਬੰਦੇ ਨੂੰ ਨਹੀਂ ਨਾ ਲਾਈਕ ਕਰਦੀ ਹਾਂਜੀ ਬਿਲਕੁਲ ਇਹ ਵੀ ਕਾਰਨ ਹੋ ਸਕਦਾ ਕਰਦੇ ਆ ਲਾਈਕ ਮਤਲਬ ਉਸ ਸਭ ਨੂੰ ਨਹੀਂ ਪਰ ਆਪਣੇ ਕੰਮ ਦੇ ਵਿੱਚ ਉਹਨਾਂ ਨੂੰ ਸਹੂਲਤ ਪਵੇ ਉਹ ਵੀ ਥੋੜ੍ਹੇ ਜ਼ਿਆਦਾ ਜਿਹੜੇ ਓਨਰ ਵੀ ਆ ਕਈ ਵਾਰੀ ਅਨਪੜ੍ਹ ਆ ਵਿਚਾਰੇ ਤੇ ਉਹ ਫਿਰ ਪੰਜਾਬੀ ਬੋਲਣ ਵਾਲੇ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਇਸ ਕਰਕੇ ਜੇ ਹੋਰ ਕਮਿਊਨਿਟੀਆਂ ਨੂੰ ਵੀ ਥੋੜ੍ਹਾ ਥੋੜ੍ਹਾ ਇਹ ਰਲਾਉਂਦੇ ਨਾਲ ਤਾਂ ਫਿਰ ਇਹ ਸਮੱਸਿਆ ਨਹੀਂ ਜੀ ਚਲੋ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਸਿੰਘ ਜੀ ਅਸੀਂ ਅਜਰਦਾਸ ਸਿੰਘ ਜੀ ਕੀ ਤੁਹਾਡੇ ਵੀ ਹੈਗੀ ਸਮੱਸਿਆ ਜੀ ਇਹ ਇਦਾਂ ਦੀ ਤੁਸੀਂ ਲਾ ਲਓ 500 ਬੰਦਾ ਵੀ ਅੱਜ ਭੇਜ ਦੋ ਸਾਡੇ ਉਹ ਜਿਹੜੇ ਬੰਦੇ ਜਾਣਦੇ ਆ ਉਹ ਵੀ ਜਸਟ ਹੋ ਜੂਗਾ ਅੱਛਾ ਜੀ ਕੈਲੀਫੋਰਨੀਆ ਨਾਲ ਵੀ ਬੁਰਾ ਹਾਲ ਆ ਮਤਲਬ ਲੋਕੀ ਲੋਕੀ ਲਿਟਰਲੀ ਰੋਣ ਵਾਲੀ ਨੌਬਤ ਆਈ ਪਈ ਰੋਣ ਵਾਲੀ ਪਿਛਲੇ ਸਾਲ ਮਾਰਚ ਵਿੱਚ ਬੰਦਾ ਭੱਜ ਗਿਆ ਜਦੋਂ ਕੋਰੋਨਾ ਤੋਂ ਬਾਅਦ ਮੈਂ ਇੰਡੀਆ ਤੋਂ ਆਇਆ 18 ਨੂੰ ਤੇ 22 ਤਰੀਕ ਨੂੰ ਬੰਦਾ ਭੱਜ ਗਿਆ ਅੱਛਾ ਜੀ 15 ਮਹੀਨੇ ਮੈਂ ਦੁਪਹਿਰ ਤੋਂ ਲੈ ਕੇ ਰਾਤ ਤੱਕ ਕੰਮ ਕੀਤਾ 7 ਦਿਨ ਸਾਰੇ ਪਾਸੇ ਇੱਧਰ ਉੱਧਰ ਹੱਥ ਮਾਰੇ ਜਿਹਨੂੰ ਮਰਜ਼ੀ ਕਹੀ ਆ ਉਹ ਜਿਹੜੇ ਕਪਲ ਰੱਖੇ ਹੋਏ ਸੀ ਉਹ ਵੀ ਮਰਜ਼ੀ ਨਾਲ ਕੰਮ ਕਰਦੇ ਹੁਣ ਵੀ ਉਹ ਮੈਂ 4-5 ਵਾਰੀ ਨੂੰ ਇੱਕ ਵੀ ਵਧਾ ਚੁੱਕਾ ਫਿਰ ਵੀ ਜਾਣੀ ਕੰਮ ਆਪਣੀ ਮਰਜ਼ੀ ਨਾਲ ਕਰਨਾ ਇਹਦਾ ਹੱਲ ਲੱਗਦਾ ਜੀ ਆਉਣ ਵਾਲੇ ਸਮੇਂ 'ਚ ਹੱਲ ਲੱਗਦਾ ਕੋਈ ਹੱਲ ਜੇ ਤਾਂ ਇਹ ਪ੍ਰੈਜੀਡੈਂਟ ਇਹਦਾ ਸਰਿਆ ਹੀ ਆ ਜੇ ਤਾਂ ਕੋਈ ਟਰੰਪ ਆਉਂਦਾ ਹੁਣ ਸਖ਼ਤੀ ਵਰਤਦਾ ਤਾਂ ਬੰਦੇ ਕੰਮ 'ਤੇ ਆਉਂਦੇ ਇਹ ਤਾਂ ਤੁਸੀਂ ਲਾ ਲਓ ਸਾਡੇ ਹੈ ਨਾ ਡਾਲਵੇ 'ਚ ਪਤਾ ਨਹੀਂ ਬਾਹਲੀ ਸਿੱਟਣ ਸੀ ਸਾਡੇ ਕਾਰਡ ਮਾਰਦੇ ਫੂਡ ਸਟੈਂਪ ਦਾ ਕਿਸੇ ਦਾ 2500 ਹੁੰਦਾ ਕਿਸੇ 2200 ਕਿਸੇ 300 ਦਾ ਉਹਦਾ ਬੈਲੈਂਸ ਹੁੰਦਾ ਹੈ ਤੇ ਗਰੋਸਰੀ ਸਾਰੀ ਉਹ ਲੈਂਦੇ ਆ EBT ਤੇ ਗਵਰਨਮੈਂਟ ਬੰਦ ਕਰੂਗੀ ਠੀਕ ਆ ਹੁਣ ਜੇ ਆਵਾਜ਼ ਪੈਸੇ ਹੀ ਪਾਈ ਜਾਂਦੀ ਹਰ ਪਾਸਿਓਂ EBT ਪਾਈ ਜਾਂਦੀ ਆ ਸਾਰੇ ਪਾਸਿਓਂ ਪਾਈ ਜਾਂਦੀ ਆ ਬੰਦਾ ਤਾਂ ਮੈਨੂੰ ਕੀ ਕੰਮ ਕਰਨ ਦੀ ਲੋੜ ਆ ਬਿਲਕੁਲ ਜੀ ਚਲੋ ਮਿਹਰਬਾਨੀ ਜੀ ਬਹੁਤ ਮਨਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਜੀ ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ ਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਅਤੇ ਮੇਰੇ ਸਾਰੇ ਪਿਆਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਤੇ ਕੈਨੇਡਾ ਦੀ ਪੋਜੀਸ਼ਨ ਕੀ ਹੈ ਜੀ ਇਸ ਮਾਮਲੇ 'ਚ ਕੰਮਾਂ ਕਾਰਾਂ ਦੇ ਬੰਦਿਆਂ ਦੀ ਹਾਂਜੀ ਮੈਂ ਦੱਸਦਾ ਪਹਿਲਾਂ ਦੇਖੋ ਨਾ ਜਿਹੜੇ ਬਲਵੰਤ ਸਿੰਘ ਰਾਮੂਵਾਲੀਆ ਦੀ ਕੁੜੀ ਭਾਜਪਾ ਜੁਆਇਨ ਕੀਤੀ ਆ ਹਾਂਜੀ ਇਹ ਬਲਵੰਤ ਸਿੰਘ ਰਾਮੂਵਾਲੀਆ ਦੀ ਹਿਸਟਰੀ ਨੂੰ ਆਪਾਂ ਸਾਰੇ ਜਾਣਦੇ ਆ ਸਭ ਮਗਰਮੱਛ ਦੇ ਹੰਝੂ ਨੇ ਬਲਾਰਾ ਵਧੀਆ ਬਲਾਰਾ ਵਧੀਆ ਲੋਕਾਂ ਨੂੰ ਮਤਲਬ ਰੋਡ ਸਟੇਜ ਤੇ ਵੀ ਰੋਣ ਲੱਗ ਪੈਂਦਾ ਇਹਦਾ ਕੋਈ ਨੀ ਖਰਬੂਜੇ ਵਾਂਗੂ ਰੰਗ ਬਦਲ ਜਾਂਦਾ ਰਾਤੋ ਰਾਤ ਇਹ ਜਾ ਕੇ UP 'ਚ ਜਾ ਕੇ ਮੰਤਰੀ ਬਣ ਜਾਂਦਾ ਹਾਂਜੀ ਤੇ ਫਿਰ ਕੁੜੀ ਦਾ ਜਿਹੜੀ ਇੱਥੇ ਬ੍ਰਹਮਪੁਰ ਰਹਿੰਦੀ ਗਈ ਆ ਇਹਨੂੰ ਤਾਂ ਪੰਜਾਬੀ ਵੀ ਚੰਗੀ ਤਰ੍ਹਾਂ ਬੋਲਣੀ ਨੀ ਆਉਂਦੀ ਹਾਂਜੀ ਹਾਂਜੀ ਤੇ ਲੈਕਚਰ ਕਿੱਥੇ ਦਊਗੀ ਇੱਥੇ ਕਰਕੇ ਆ ਦੇਖੋ ਜੀ ਰਾਜਨੀਤੀ ਦਾ ਕੋਈ ਵਿਸ਼ਵਾਸ ਨੀ ਭੋਰਾ ਵੀ ਜਿਵੇਂ ਉਹ ਸੁਰਿੰਦਰ ਸਿੰਘ ਜੀ ਕਹਿੰਦੇ ਸੀ ਵੀ ਇਹ ਤਾਂ ਤੱਤੀਆਂ ਤਵੀਆਂ ਦੇ ਵਜਣ ਤਾਂ ਵੀ ਨਹੀਂ ਵਿਸ਼ਵਾਸ ਕੋਈ ਇਹਨਾਂ ਦਾ ਨਾ ਕੋਈ ਇਹਨਾਂ ਲੋਕਾਂ ਦਾ ਇਤਵਾਰ ਨਹੀਂ ਗਾ ਇਹ ਤਾਂ ਦੇਖੋ
ਆਪਣੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੱਤਵੇਂ ਗੁਰੂ ਆਖੀ ਜਾਂਦੀ ਹੈ, ਜਦਕਿ ਉਹ ਅੱਠਵੇਂ ਗੁਰੂ ਸੀ ਉਹ। ਅੱਛਾ ਜੀ, ਹਾਂਜੀ, ਤੇ ਇਹਨੂੰ ਤਾਂ ਪਤਾ ਹੀ ਨੀ, ਸਾਡੇ ਇਤਿਹਾਸ ਦਾ ਨੀ ਪਤਾ ਇਹ ਤਾਂ ਕਿਉਂ ਆਪਣੇ ਐਡੇ ਮਹਾਨ ਜਿਹੜੇ ਇਹਨਾਂ ਦੇ ਦਾਦਾ ਜੀ ਸੀ ਕਿਉਂ ਉਹਨਾਂ ਨੂੰ ਬਦਨਾਮ ਕਰਨਗੇ? ਸਰਦਾਰ ਕਰਨੈਲ ਸਿੰਘ ਬਾਪੂ ਜੀ ਭਾਰਤ ਅਸੀਂ ਬਾਪੂ ਜੀ ਕਹਿ ਕੇ ਬੁਲਾਉਂਦੇ ਹਾਂ, ਬਿਲਕੁਲ ਜੀ, ਸਤਿਕਾਰ ਨਾਲ ਉਹਨਾਂ ਨੂੰ, ਕਿਉਂ ਉਹਨਾਂ ਲੋਕਾਂ ਨੂੰ ਬਦਨਾਮ ਕਰਦੇ ਹੋ? ਉਹਨਾਂ ਉਹ ਸਿੱਖ ਇਤਿਹਾਸ ਦੇ ਐਡੇ ਵੱਡੇ ਰਚਨਹਾਰ, ਉਹਨਾਂ ਨੇ ਦੇਖੋ ਕਵਿਤਰੀਆਂ ਗਾਈਆਂ ਨੇ, ਕੀ ਕੁਛ ਗਾਇਆ। ਤੇ ਕੀ ਵਿਚਾਰ ਨੇ ਜੀ ਤੁਹਾਡੇ ਉੱਧਰ, ਆਪਣਾ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕੰਮ ਬੰਦਿਆਂ ਦੀ, ਮਾੜਾ ਹੋਲਡ ਰੱਖਿਓ, ਕੀ ਪੋਜੀਸ਼ਨ ਆ ਜੀ ਉੱਥੇ ਕੈਨੇਡਾ ਦੀ ਗੱਲ ਕਰੀਏ ਜੇ ਕੰਮਾਂ ਕਾਰਾਂ ਤੇ ਬੰਦਿਆਂ ਦੀ? ਦੇਖੋ ਸਾਡੀ ਜਿਹੜੀ ਇਕਾਨਮੀ ਹੈ ਨਾ ਉਹ ਅਮੈਰੀਕਨ ਇਕਾਨਮੀ ਦੇ ਉੱਤੇ ਡਿਪੈਂਡ ਕਰਦੀ ਆ। ਅੱਛਾ ਜੀ, ਹੁਣ ਅਮੈਰੀਕਾ ਦੇ ਵਿੱਚ ਵੀ ਇਕਾਨਮੀ ਠੀਕ ਹੋ ਰਹੀ ਆ, ਕੰਮ ਕਾਰ ਦੀ ਲੋਕਾਂ ਨੂੰ ਅਮੈਰੀਕਾ 'ਚ ਬੰਦੇ ਨਹੀਂ ਮਿਲ ਰਹੇ, ਸਾਡੇ ਵਿੱਚ ਇਹੀ ਸਿਚੁਏਸ਼ਨ ਆ ਗਈ ਆ, ਕਿਉਂਕਿ ਇੱਕ ਤਾਂ ਪੈਂਡੈਮਿਕ ਕਰਕੇ ਜਿਹੜੀ ਇਮੀਗ੍ਰੇਸ਼ਨ ਰੁਕੀ ਹੋਈ ਸੀ ਉਹ ਵੀ ਹੁਣ ਸ਼ੁਰੂ ਹੋਣ ਵਾਲੀ ਹੈ। ਇਸ ਸਾਲ ਕੈਨੇਡਾ ਦੀ ਗੌਰਮੈਂਟ ਨੇ 4 ਲੱਖ ਬਾਹਰੋਂ ਇਮੀਗ੍ਰਾਂਟ ਮੰਗਵਾਉਣੇ ਆ, ਤੇ ਜੌਬਾਂ ਇੱਥੇ ਕਾਫੀ ਨੇ ਹੁਣ, ਅੱਗੇ ਨਾਲ ਪਹਿਲਾਂ ਤੋਂ ਜ਼ਿਆਦਾ ਨੇ, ਤੇ ਲੋਕਾਂ ਨੂੰ ਬੰਦੇ ਨੀ ਕੰਮ ਕਰਨ ਵਾਸਤੇ ਫੈਕਟਰੀ 'ਚ ਬੰਦੇ ਨੀ ਮਿਲ ਰਹੇ। ਪਰ ਇਹ ਤੁਸੀਂ ਦੇਖੋ ਸਾਡੇ ਇੱਥੇ ਲੋਕੀ ਜਿਹੜੇ ਸੋਚਦੇ ਆ ਵੀ ਅਕੋਮੋਡੇਸ਼ਨ ਰਹਿਣ ਦਾ ਕੀ ਇੰਤਜ਼ਾਮ ਕਰੋਗੇ, ਕਿਉਂਕਿ ਘਰਾਂ ਨੂੰ ਤਾਂ ਇੱਥੇ ਪਹਿਲੇ ਹੀ ਅੱਗ ਲੱਗੀ ਪਈ ਆ, ਘਰਾਂ ਦਾ ਵੀ ਬਹੁਤ ਬੁਰਾ ਹਾਲ ਹੈ, ਕਿਰਾਏ ਤੇ ਵੀ ਨੀ ਮਿਲਦੇ, ਨਵੇਂ ਬਣ ਨੀ ਰਹੇ, ਕਿਰਾਏ ਵੀ ਬਹੁਤ ਜ਼ਿਆਦਾ ਨੇ, ਲੋਕ ਕਹਿੰਦੇ ਤੁਸੀਂ ਰੱਖੋਗੇ ਇਹਨਾਂ ਨੂੰ ਕਿੱਥੇ, ਪਹਿਲਾਂ ਰਹਿਣ ਦਾ ਇੰਤਜ਼ਾਮ ਕਰੋ, ਬਾਅਦ ਚ ਲੰਘੋਗੇ ਜੀ। ਚਲੋ ਮਿਹਰਬਾਨੀ ਜੀ ਬਹੁਤ ਤੁਹਾਡੀ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਨਾਲ ਦੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਕਾਲਾਂ ਸ਼ਾਇਦ ਨਹੀਂ ਲੈ ਹੋਣਗੀਆਂ, ਆਪਣਾ ਅਨਾਊਂਸਮੈਂਟ ਜਿਹੜੀ ਲੈਜੈਂਡ ਟਰਾਂਸਪੋਰਟ ਦੀ ਹੈਗੀ ਆ, ਕੀ ਰਿਕੁਆਇਰਮੈਂਟ ਉਹਦੀ ਹੈਗੀ ਉਹ ਮੈਂ ਕਰੂੰਗਾ ਬ੍ਰੇਕ ਤੋਂ ਬਾਅਦ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬ, ਪ੍ਰੋਗਰਾਮ ਦਾ ਆਖਰੀ ਪੜਾਇਆ ਜੀ, ਅਤੇ ਮੈਂ ਜਿਹੜੀ ਗੱਲ ਕੀਤੀ ਸੀ ਅਨਾਊਂਸਮੈਂਟ ਜਿਹੜੀ ਉਹ ਜ਼ਰੂਰ ਕਰ ਦੇਵਾਂ ਮੈਂ, ਵੈਸੇ ਤਾਂ ਸਾਰਿਆਂ ਨੂੰ ਹੀ ਲੋੜ ਹੈਗੀ ਬੰਦਿਆਂ ਦੀ, ਹਰ ਕੰਮ ਦੇ ਵਿੱਚ ਲੋੜ ਹੈਗੀ ਆ, ਪਰ ਤੁਹਾਨੂੰ ਅੱਜ ਲੈਜੈਂਡ ਟਰਾਂਸਪੋਰਟ ਜਿਹੜੇ ਯੂਨੀਵਰਸਿਟੀ ਹੈਗੇ, ਨਿਊ ਲੈਜੈਂਡ ਟਰਾਂਸਪੋਰਟ ਸਨੀ ਸਮਰਾ ਸਾਹਿਬ, ਉਹ ਕਹਿੰਦੇ ਤੁਸੀਂ ਅਨਾਊਂਸਮੈਂਟ ਕਰ ਦਿਓ ਵੀ ਸਾਡੇ ਕਾਫੀ ਜ਼ਿਆਦਾ ਜ਼ਰੂਰਤ ਹੈਗੀ ਆ, ਲੋਕਲ ਡਰਾਈਵਰਾਂ ਦੀ ਸਖਤ ਜ਼ਰੂਰਤ ਹੈ ਜੀ, ਕਹਿੰਦੇ ਸਖਤ, ਜਿਹੜੇ ਟਾਰਗੇਟ ਦੇ ਡੈਡੀਕੇਟਡ ਲੋਡ ਹੈਗੇ ਨੇ, ਵੁੱਡਲੈਂਡ ਤੋਂ ਰੋਡ ਚੱਕਣੇ ਆ, ਅਤੇ ਡਰੋਪ ਅਤੇ ਹੁੱਕ ਦੇ ਲੋਡ ਹੈ, ਠੀਕ ਹੈ ਜੀ। ਇਹ ਲੋਡ ਜਿਹੜੇ ਆ ਰਾਊਂਡ ਟ੍ਰਿਪ ਹੈ, ਟਾਰਗੇਟ ਵੁੱਡਲੈਂਡ ਤੋਂ ਲੱਦੇ ਹੋਣਗੇ, ਅਤੇ 150 ਮੀਲ ਦੇ ਵਿੱਚ ਟਾਰਗੇਟ ਦੇ ਸਟੋਰਾਂ 'ਤੇ ਡਰੋਪ ਕਰਨੇ, ਟਾਰਗੇਟ ਸਟੋਰ ਜਿਹੜੇ ਹੈਗੇ ਨੇ, ਸਟੋਰਾਂ ਵਿੱਚੋਂ ਟ੍ਰੇਲਰ ਵਾਪਸ ਟਾਰਗੇਟ ਵੁੱਡਲੈਂਡ ਦੇ ਵਿੱਚ ਖੜਾਉਣੇ ਆ, ਇਹ ਵੀ ਗੱਲ ਨਾਲ ਹੈ ਜੀ। ਅਤੇ 25 ਡਾਲਰ ਉਹਦਾ ਜਿਹੜਾ 25 ਡਾਲਰ ਘੰਟਾ, ਅਤੇ ਪਲੱਸ ਓਵਰ ਟਾਈਮ ਕੰਮ 40 ਘੰਟੇ ਘੱਟੋ ਘੱਟ ਹਫ਼ਤਾ, ਅਤੇ ਜਿਹੜੇ ਟਾਰਗੇਟਾਂ 'ਤੇ ਮਤਲਬ ਛੱਡਣੇ ਆ ਟਰਾਲੇ ਜਿਹੜੇ ਹੈਗੇ ਨੇ, ਉਹ ਸੈਕਰਾਮੈਂਟੋ ਵਿੱਚ, ਟ੍ਰੇਸੀ ਵਿੱਚ, ਚੀਕੋ, ਪੈਟਾਲੂਮਾ ਦੇ ਵਿੱਚ, ਅਤੇ ਨਾਪਾ ਅਤੇ ਸਨੋਜ਼ੇ, ਇਹਨਾਂ ਛੱਡਣੇ। ਸੋ ਨੰਬਰ ਨਾਲ ਸਕਰੀਨ 'ਤੇ ਆ ਰਿਹਾ 909-251-5887, 909-251-5887। ਸੋ ਜ਼ਰੂਰਤਮੰਦ ਜਿਹੜੇ ਹੈਗੇ ਨੇ ਹੁਣ ਘਰਾਂ ਦੇ ਵਿੱਚ, ਹੋ ਸਕਦਾ ਨਾ ਹੁਣ ਡਰਾਈਵਰ ਦੇਖਦੇ, ਅਤੇ ਭੈਣਾਂ ਬੀਬੀਆਂ ਜਾਂ ਘਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਦੇਖ ਰਹੇ ਨੇ, ਅਤੇ ਨੰਬਰ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ। ਔਰ ਲੈਜੈਂਡ ਟਰਾਂਸਪੋਰਟ ਦਾ ਆਪਾਂ ਨੂੰ ਪਤਾ ਹੀ ਆ, ਨਿਊ ਲੈਜੈਂਡ ਜਿਹੜੇ ਸਨੀ ਸਮਰਾ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ, ਨਾਲ ਦੀ ਨਾਲ W2 ਪੂਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਕੰਮ ਕਰਦੇ ਆ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ, ਨੰਬਰ ਨੋਟ ਕਰ ਲਓ ਫਿਰ ਇੱਕ ਵਾਰੀ, 909-251-5887। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕਿਸੇ ਵੀ ਗੱਲਬਾਤ ਲਈ ਕੋਈ ਪ੍ਰੋਗਰਾਮ ਕਰਾਉਣਾ, ਕੋਈ ਸਪੋਂਸਰਸ਼ਿਪ, ਕੋਈ ਵੀ ਜਾਂ ਐਡ ਦੇਣੀ ਆ, ਤਾਂ ਈਮੇਲ jaggi@justbroadcasting.com ਜਾਂ ਫਿਰ info@justbroadcasting.com, ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਹੈਗਾ 209-718-784-084-0900, ਅਤੇ ਮੇਰਾ ਸੈੱਲ ਨੰਬਰ ਜਿਹੜਾ ਉਹ ਹੈਗਾ 209-450-33-62। ਮੇਰੇ ਕੋਲ ਵੀ ਇਹਨਾਂ ਦਾ ਨੰਬਰ ਲੈਣਾ ਚਾਹੋ ਤਾਂ ਲੈ ਸਕਦੇ ਹੋ, ਲੈਜੈਂਡ ਟਰਾਂਸਪੋਰਟ ਦਾ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।